ਪੰਜਾਬੀ ਸਟੱਡੀ ਪੁਆਇੰਟ 6th ਵੇਖ ਰਹੇ ਸਾਰੇ ਹੀ ਵਿਊਰਸ ਇਸ ਚੈਨਲ 'ਤੇ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ। ਮੈਂ ਅਮਰਜੀਤ ਕੌਰ ਅਗਲੀ ਵੀਡੀਓ ਲੈ ਕੇ ਆਪਣੀ ਸਨਮੁਖ ਪੇਸ਼ ਹੈਗੀ ਹਾਂ ਅਤੇ ਇਸ ਵੀਡੀਓ ਵਿੱਚ ਆਪਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ BA ਦੇ 4th ਸਮੈਸਟਰ ਦੀ ਚੋਣਵੀ ਪੰਜਾਬੀ ਦੀ ਪਾਠ ਪੁਸਤਕ ਹੈਗੀ ਇੱਕ ਸਾਡੀ ਮੱਧਕਾਲੀ ਪੰਜਾਬੀ ਕਾਵਿ ਰੰਗ। ਇਸ ਵਿੱਚ ਦਰਜ ਦੂਸਰੇ ਕਵੀ ਸ਼ਾਹ ਹੁਸੈਨ ਜੀ ਇਹਨਾਂ ਦੀਆਂ ਕਾਫੀਆਂ ਪੜ੍ਹਨੀਆਂ ਨੇ ਆਪਾਂ ਅੱਜ। ਇਸ ਤੋਂ ਪਹਿਲਾਂ ਇਸ ਚੈਨਲ ਉੱਤੇ ਇਸੇ ਵਿਸ਼ੇ ਦੀ ਪਾਠ ਪੁਸਤਕ ਹੈ ਕਥਾ ਪ੍ਰਵਾਹ, ਜੋ ਕਿ ਇੱਕ ਕਹਾਣੀ ਸੰਗ੍ਰਹਿ ਹੈਗਾ। ਉਸ ਵਿੱਚ ਦਰਜ 11 ਕਹਾਣੀਆਂ ਦੇ ਨਾਲ ਸੰਬੰਧਿਤ ਪੂਰਾ ਸਿਲੇਬਸ ਅਪਲੋਡ ਕਰ ਦਿੱਤਾ ਗਿਆ ਹੈਗਾ। ਸਿਰਫ ਇੱਕ ਕਹਾਣੀ ਬਾਕੀ ਹੈ, ਬਰਫ਼ ਦਾ ਦਾਨਵ, ਉਹ ਵੀ ਮੈਂ ਕੁਝ ਸਮਾਂ ਬਾਅਦ ਅਪਲੋਡ ਕਰ ਦਿਆਂਗੀ ਕਿਉਂਕਿ ਐਗਜ਼ਾਮ ਹੈ। ਇਸ ਲਈ ਥੋੜ੍ਹਾ ਜਿਹਾ ਕਾਹਲੀ ਦੇ ਵਿੱਚ ਥੋੜ੍ਹੀਆਂ ਕਵਿਤਾਵਾਂ ਆਪਾਂ ਵਾਚ ਲਈਏ ਤਾਂ ਕਿ ਆਪਣੀ ਤਿਆਰੀ ਵਧੀਆ ਹੋ ਸਕੇ। ਤਾਂ ਗੱਲ ਸ਼ਾਹ ਹੁਸੈਨ ਜੀ ਦੀ ਕਰੀਏ ਤਾਂ ਜੋ ਪਹਿਲੀ ਕਾਫੀ ਹੈ ਚਰਖਾ ਮੇਰਾ ਰੰਗਲੜਾ, ਇਹ ਕਾਫੀ ਮੈਂ ਪਹਿਲਾਂ ਹੀ ਪੜ੍ਹਾਈ ਦੀ ਹੈਗੀ ਆ, ਜੋ ਕਿ BA ਦੇ 5ਵੇਂ ਸਮੈਸਟਰ ਦੀ ਜਨਰਲ ਪੰਜਾਬੀ ਦੀ ਪਾਠ ਪੁਸਤਕ ਵਿੱਚ ਦਰਜ ਹੈਗੀ ਆ ਇਹ, ਅਤੇ ਤੁਹਾਡੀ ਪਲੇਲਿਸਟ ਦੇ ਉੱਤੇ ਅਪਲੋਡ ਕਰ ਦਿੱਤੀ ਗਈ ਹੈਗੀ ਹੈ, ਤਾਂ ਤੁਸੀਂ ਉੱਥੋਂ ਪੜ੍ਹ ਲੈਣੀ ਹੈਗੀ ਹੈ, ਸੇਮ ਹੈਗੀ ਹੈ, ਸੋ ਇਹਨੂੰ ਦੁਬਾਰਾ ਨਹੀਂ ਪੜ੍ਹੂੰਗੀ ਮੈਂ। ਅਤੇ ਹੁਣ ਆਪਾਂ ਦੂਸਰੀ ਕਾਫੀ ਪੜ੍ਹਾਂਗੇ, ਮੈਂ ਤੇਰੀ ਹੋ ਚੁੱਕੀ। ਇਸ ਤੋਂ ਪਹਿਲਾਂ ਆਪਾਂ ਥੋੜ੍ਹਾ ਜਿਹਾ ਸ਼ਾਹ ਹੁਸੈਨ ਜੀ ਬਾਰੇ ਪੜ੍ਹ ਲਈਏ। ਤਾਂ ਸ਼ਾਹ ਹੁਸੈਨ ਜੀ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਅਤੇ ਉਹਨਾਂ ਦਾ ਚਲਾਣਾ ਕਿਹੜੇ ਸਾਲ ਵਿੱਚ ਹੋਇਆ। ਸ਼ਾਹ ਹੁਸੈਨ ਜੀ ਦਾ ਜਨਮ 1539 ਈਸਵੀ ਦੇ ਵਿੱਚ ਲਾਹੌਰ ਵਿਖੇ ਪਿਤਾ ਸ਼ੇਖ ਉਸਮਾਨ ਦੇ ਘਰ ਹੋਇਆ। ਉਹ ਕਿੱਤੇ ਵਜੋਂ ਜਲਾਹੇ ਦਾ ਕੰਮ ਕਰਦੇ ਸੀ। ਉਹ 1599 ਈਸਵੀ ਦੇ ਵਿੱਚ ਚਲਾਣਾ ਕਰ ਗਏ। ਸ਼ਾਹ ਹੁਸੈਨ ਨੇ ਪੰਜਾਬੀ ਵਿੱਚ ਕਿੰਨੀਆਂ ਕਾਫੀਆਂ ਦੀ ਰਚਨਾ ਕੀਤੀ? ਸ਼ਾਹ ਹੁਸੈਨ ਜੀ ਨੇ ਪੰਜਾਬੀ ਵਿੱਚ 163 ਕਾਫੀਆਂ ਦੀ ਰਚਨਾ ਕੀਤੀ ਹੈ। ਸ਼ਾਹ ਹੁਸੈਨ ਜੀ ਦੀ ਰਚਨਾ ਦੇ ਰੂਪਕ ਗੁਣ ਲਿਖਣੇ ਨੇ, ਰੂਪਕ ਗੁਣ ਮਤਲਬ ਕਵਿਤਾਵਾਂ ਦੇ ਵਿੱਚ ਕਿਹੜੇ ਕਿਹੜੇ ਗੁਣ ਹੈਗੇ ਨੇ। ਤਾਂ ਸ਼ਾਹ ਹੁਸੈਨ ਜੀ ਦੀਆਂ ਕਾਫੀਆਂ ਰਾਗਾਂ ਦੇ ਵਿੱਚ ਨੇ, ਉਹਨਾਂ ਵਿੱਚ ਘਰੇਲੂ ਸੰਕੇਤ, ਚਿੰਨ੍ਹ ਅਤੇ ਅਲੰਕਾਰਾਂ ਦੀ ਵਰਤੋਂ ਕੀਤੀ ਗਈ ਹੈ। ਬੋਲੀ ਮੁਹਾਵਰੇਦਾਰ ਅਤੇ ਸਰਲ ਹੈ। ਸ਼ਾਹ ਹੁਸੈਨ ਜੀ ਦੀਆਂ ਕਿੰਨੀਆਂ ਕਵਿਤਾਵਾਂ ਜਾਂ ਕਾਫੀਆਂ ਮੱਧਕਾਲੀ ਪੰਜਾਬੀ ਕਾਵਿ ਰੰਗ ਕਾਵਿ ਸੰਗ੍ਰਹਿ ਦੇ ਵਿੱਚ ਦਰਜ ਹੈਗੀਆਂ ਨੇ, ਉਹਨਾਂ ਦੇ ਨਾਂ ਲਿਖਣੇ ਨੇ। ਤਾਂ ਆਪਣੀ ਇਸ ਪਾਠ ਪੁਸਤਕ ਦੇ ਵਿੱਚ ਜਿਹੜੀਆਂ ਕਾਫੀਆਂ ਦਰਜ ਹੈਗੀਆਂ ਨੇ ਉਹਨਾਂ ਦੇ ਨਾਂ ਨੇ ਚਰਖਾ ਮੇਰਾ ਰੰਗਲੜਾ, ਮੈਂ ਤੇਰੀ ਹੋ ਮੁੱਕੀ ਹਾਂ, ਚੰਦਨ ਰੁੱਖ ਲੱਗਾ ਵਿੱਚ ਵਿਹੜੇ, ਇਹ ਗਲੀਆਂ ਸੁੱਖਣ ਪੀਥੀ ਸੁਪਨਾ ਪੀਥੀਸਨ, ਨੈਣ ਰੋਂਦੀ ਦੇ ਭਿੰਨੇ, ਸ਼ੌਕ ਕਿਤ ਵਿਦ ਪਾਈਐ ਜੀਵਨ ਕੋਈ ਨਾ ਦੱਸੇ, ਮੈਂ ਵੀ ਝੋਕ ਰਾਂਝਣ ਦੀ ਜਾਣਾ। ਅਤੇ ਇਸ ਤਰ੍ਹਾਂ ਆਪਾਂ ਕਹਿ ਸਕਦੇ ਹੈਗੇ ਹਾਂ ਕਿ ਜਿਹੜਾ ਹੈ 9 ਕਾਫੀਆਂ ਨੇ ਜਿਹੜੀਆਂ ਉਹ ਸਾਡੇ ਸਿਲੇਬਸ ਦੇ ਵਿੱਚ ਦਰਜ ਹੈਗੀਆਂ ਨੇ, ਠੀਕ ਹੈ। ਅਤੇ ਹੁਣ ਆਪਾਂ ਪਹਿਲੀ ਕਾਫੀ ਪੜ੍ਹਨੀ ਹੈਗੀ ਆ, ਮੈਂ ਤੇਰੀ ਹੋ ਮੁੱਕੀ। ਤਾਂ ਹੁਣ ਇਸ ਕਾਫੀ ਦਾ ਜੇ ਆਪਾਂ ਦੱਸਣਾ ਹੋਵੇ ਕਿ ਪ੍ਰਸੰਗ ਦੱਸ ਕੇ ਵਿਆਖਿਆ, ਕਿਉਂਕਿ ਤੁਹਾਨੂੰ ਐਗਜ਼ਾਮ ਦੇ ਵਿੱਚ ਪ੍ਰਸੰਗ ਦੱਸ ਕੇ ਵਿਆਖਿਆ ਹੀ ਆਉਂਦੀ ਹੈਗੀ ਹੈ, ਸੋ ਆਪਾਂ ਪ੍ਰਸੰਗ ਲਿਖਣਾ ਹੋਵੇ ਤਾਂ ਅਸੀਂ ਲਿਖਾਂਗੇ ਕਿ ਇਹ ਕਾਵਿ ਟੋਟਾ ਮੱਧਕਾਲੀ ਪੰਜਾਬੀ ਕਾਵਿ ਰੰਗ ਕਾਵਿ ਸੰਗ੍ਰਹਿ ਦੇ ਵਿੱਚ ਦਰਜ ਹੈਗਾ। ਅਤੇ ਸ਼ਾਹ ਹੁਸੈਨ ਜੀ ਦੀ ਜਿਹੜੀ ਰਚੀ ਹੋਈ ਕਾਫੀ ਹੈ ਉਹਦੇ ਵਿੱਚੋਂ ਲਿਆ ਗਿਆ ਹੈਗਾ। ਅਤੇ ਇਸਦਾ ਸਿਰਲੇਖ ਹੈ ਮੈਂ ਤੇਰੀ ਹੋ ਮੁੱਕੀ ਹੈਗੀ। ਤਾਂ ਇਸ ਕਾਫੀ ਦੇ ਵਿੱਚ ਸ਼ਾਹ ਹੁਸੈਨ ਜੀ ਨੇ ਦੱਸਿਆ ਹੈਗਾ ਕਿ
ਪਰਮਾਤਮਾ ਦੀ ਜਿਹੜੀ ਮਿਹਰ ਉੱਤੇ ਟੇਕ ਰੱਖੇ ਜੇਕਰ ਮਨੁੱਖ, ਟੇਕ ਹੁੰਦੀ ਆ ਆਸਰਾ ਸਮਝੇ, ਵੀ ਜੇਕਰ ਮਨੁੱਖ ਹੈ ਪਰਮਾਤਮਾ ਦੀ ਮਿਹਰ ਉੱਤੇ ਆਸਰਾ ਰੱਖ ਲਵੇ ਤਾਂ ਫਿਰ ਉਸ ਨੂੰ ਕਿਸੇ ਚੀਜ਼ ਦਾ ਫਿਕਰ ਨਹੀਂ ਰਹਿੰਦਾ, ਉਹਦਾ ਜਿਹੜਾ ਹੈ ਦੁਨੀਆ ਦੇ ਵਿੱਚੋਂ ਪਾਰ ਉਤਾਰਾ ਹੋ ਜਾਂਦਾ ਹੈ। ਹੁਣ ਅਸੀਂ ਇੱਥੇ ਦੁਨਿਆਵੀ ਗੱਲ ਨਹੀਂ ਕਰਨੀ ਹੈਗੀ, ਕਿਉਂਕਿ ਜੋ ਸੂਫੀ ਕਵੀ ਨੇ ਉਹ ਸਿਰਫ ਅਤੇ ਸਿਰਫ ਪਰਮਾਤਮਾ ਦੀ ਪ੍ਰਾਪਤੀ ਨੂੰ ਹੀ ਆਪਣਾ ਉਦੇਸ਼ ਸਮਝਦੇ ਹੈਗੇ ਨੇ। ਤਾਂ ਕੀ ਕਹਿੰਦੇ ਹੈਗੇ ਨੇ ਸ਼ਾਹ ਹੁਸੈਨ ਜੀ, ਮੇਰੇ ਸਾਹਿਬਾ ਮੈਂ ਤੇਰੀ ਹੋ ਮੁੱਕੀ ਮੁੱਕੀ। ਸ਼ਾਹ ਹੁਸੈਨ ਜੀ ਕਹਿੰਦੇ ਹੈਗੇ ਨੇ ਕਿ ਹੇ ਮੇਰੇ ਪਰਮਾਤਮਾ, ਕਿ ਮੈਂ ਤਾਂ ਸਿਰਫ ਅਤੇ ਸਿਰਫ ਤੇਰੇ ਨਾਲ ਹੀ ਪ੍ਰਣਾਈ ਗਈ ਹਾਂ, ਤੇਰੀ ਹੀ ਹੋ ਚੁੱਕੀ ਹਾਂ। ਮਨੋ ਨਾ ਵਿਸਰੀ ਤੂੰ ਮੈਨੂੰ ਮੇਰੇ ਸਾਹਿਬਾ, ਹਰ ਗੱਲੋਂ ਮੈਂ ਚੁੱਕੀ। ਤਾਂ ਹੁਣ ਇੱਥੇ ਉਹ ਪਰਮਾਤਮਾ ਨੂੰ ਇੱਕ ਬੇਨਤੀ ਕਰਦੇ ਨੇ ਕਿ ਮੈਂ ਤੈਨੂੰ ਆਪਣੇ ਮਨ 'ਚੋਂ ਭੁਲਾਵਾਂ ਨਾ ਭੁਲਾਵਾਂ, ਉਹ ਮੇਰੀਆਂ ਗਲਤੀਆਂ ਨੇ, ਪਰ ਹੇ ਪਰਮਾਤਮਾ ਤੂੰ ਮੈਨੂੰ ਆਪਣੇ ਮਨ ਦੇ ਵਿੱਚੋਂ ਨਾ ਵਿਸਾਰੀ। ਇੱਥੇ ਇੱਕ ਨਾ ਛੋਟੀ ਜਿਹੀ ਉਦਾਹਰਣ ਜਿਹੜੀ ਹੈਗੀ ਆ ਉਹ ਹੈਗੀ ਆ ਕਿ ਜਿਸ ਤਰ੍ਹਾਂ ਇੱਕ ਪਿਤਾ ਹੁੰਦਾ ਹੈ ਨਾ, ਪੁੱਤਰ ਹੁੰਦਾ ਹੈ ਨਾ, ਕਈ ਵਾਰ ਜਿਹੜਾ ਪੁੱਤਰ ਹੈ ਉਹ ਛੋਟੇ ਬੱਚੇ ਦੀ ਗੱਲ ਕਰਦੇ ਆਪਾਂ, ਫਰਜ਼ ਕਰ ਲਓ ਮਿਲ ਜਾਂਦਾ, ਤਾਂ ਛੋਟਾ ਬੱਚਾ ਹੈ ਅਣਭੋਲ ਹੈ, ਉਸਦਾ ਹੱਥ ਆਪਣੇ ਪਿਤਾ ਨਾਲੋਂ ਛੁੱਟ ਜਾਂਦਾ ਹੈਗਾ, ਤਾਂ ਫਿਰ ਉਹ ਖੋ ਜਾਂਦਾ ਅਤੇ ਬੱਚੇ ਨੂੰ ਨਹੀਂ ਪਤਾ ਵੀ ਉਂਗਲ ਛੱਡਣੀ ਆ ਜਾਂ ਨਾ ਛੱਡਣੀ, ਹੈ ਨਾ, ਭੀੜ ਦੇ ਵਿੱਚ ਗੁਆਚ ਜਾਂਦਾ। ਪਰ ਜੇਕਰ ਪਿਤਾ ਸਿਆਣਾ ਹੋਵੇ ਤਾਂ ਫਿਰ ਬੱਚੇ ਦੀ ਉਂਗਲ ਉਹ ਨਹੀਂ ਛੱਡਦਾ, ਭਾਵੇਂ ਬੱਚਾ ਛੁਡਾ ਦੇਵੇ ਪਰ ਉਹ ਉਸਦੀ ਉਂਗਲ ਨਹੀਂ ਛੱਡਦਾ। ਇਸੇ ਤਰ੍ਹਾਂ ਹੀ ਸ਼ਾਹ ਹੁਸੈਨ ਜੀ ਵੀ ਇਹੋ ਕਹਿੰਦੇ ਨੇ ਆਪਣੇ ਪਰਮਾਤਮਾ ਨੂੰ ਕਿ ਮੈਂ ਭਾਵੇਂ ਗਲਤੀ ਦੇ ਨਾਲ ਤੈਨੂੰ ਆਪਣੇ ਮਨ 'ਚੋਂ ਵਿਸਾਰ ਦੇਵਾਂ, ਮੈਂ ਭੁੱਲ ਜਾਵਾਂ, ਪਰ ਹੇ ਮੇਰੇ ਪਰਮਾਤਮਾ ਤੂੰ ਆਪਣੇ ਮਨ ਦੇ ਵਿੱਚੋਂ ਮੈਨੂੰ ਨਾ ਵਿਸਾਰੀ, ਅਤੇ ਉਹਦੇ ਨਾਲ ਫਿਰ ਮੇਰਾ ਭਲਾ ਹੋ ਜਾਵੇਗਾ। ਜਿਵੇਂ ਆਪਾਂ ਹੁਣੇ ਗੱਲ ਕੀਤੀ ਆ ਵੀ ਜੇਕਰ ਪਿਤਾ ਪੁੱਤਰ ਦੀ ਉਂਗਲੀ ਨਹੀਂ ਛੱਡਦਾ ਤਾਂ ਫਿਰ ਬੱਚਾ ਜਿਹੜਾ ਹੈ ਸਾਂਭ ਜਾਂਦਾ, ਹੈ ਨਾ, ਉਹ ਭੀੜ ਦੇ ਵਿੱਚ ਗੁਆਚਦਾ ਨਹੀਂ ਹੈਗਾ। ਇਸੇ ਤਰ੍ਹਾਂ ਵੀ ਜੇਕਰ ਪਰਮਾਤਮਾ ਸਾਡੇ ਉੱਤੇ ਮਿਹਰ ਕਰੇ, ਸਾਨੂੰ ਨਾ ਨੂੰ ਭੁਲਾਵੇ, ਤਾਂ ਫਿਰ ਅਸੀਂ ਵੀ ਜਿਹੜਾ ਹੈ ਇਸ ਸੰਸਾਰ ਸਾਗਰ ਦੇ ਵਿੱਚੋਂ ਬਾਹਰ ਲੰਘ ਸਕਦੇ ਹਾਂ। ਹਰ ਗੱਲੋਂ ਮੈਂ ਚੁੱਕੀ ਹਾਂ, ਹੁਣ ਚੁੱਕੀ ਦਾ ਅਰਥ ਹੈਗਾ ਕੀ ਹੁੰਦਾ ਹੈ, ਭੁੱਲਾਂ ਕਰਦੀ ਹਾਂ, ਵੀ ਮੈਂ ਤਾਂ ਅਜਿਹੀ ਜੀਵ ਇਸਤਰੀ ਹਾਂ ਕਿ ਮੈਂ ਹਰੇਕ ਗੱਲੋਂ ਹਰੇਕ ਥਾਂ 'ਤੇ ਗਲਤੀਆਂ ਕਰਦੀ ਹਾਂ, ਹੇ ਪਰਮਾਤਮਾ ਤੂੰ ਜੇ ਮੈਂ ਤੈਨੂੰ ਵਿਸਾਰ ਦੇਵਾਂ ਤੂੰ ਨਾ ਮੈਨੂੰ ਭੁਲਾਈ, ਅਤੇ ਇਸ ਕਰਕੇ ਹੀ ਮੇਰਾ ਪਾਰ ਉਤਾਰਾ ਹੋ ਸਕਦਾ ਹੈ। ਔਗਣਿਆਰੀ ਕੋ ਗੁਣ ਨਾਹੀਂ, ਬਖਸ਼ ਕਰੇ ਤਾਂ ਮੈਂ ਛੁੱਟੀ। ਛੁੱਟੀ ਦਾ ਅਰਥ ਹੈਗਾ ਮੁਕਤੀ ਪ੍ਰਾਪਤ ਕਰਨਾ, ਬਖਸ਼ ਮਿਹਰ, ਔਗਣਿਆਰੀ ਔਗਣ ਨਾਲ ਭਰੀ ਹੋਈ। ਤਾਂ ਸ਼ਾਹ ਹੁਸੈਨ ਜੀ ਆਪਣੇ ਆਪ ਨੂੰ ਇੱਕ ਔਗਣਹਾਰੀ ਇਸਤਰੀ ਦੇ ਰੂਪ ਦੇ ਵਿੱਚ ਪ੍ਰਗਟ ਕਰਦੇ ਹੋਏ ਕਹਿੰਦੇ ਨੇ ਕਿ ਮੇਰੇ ਵਿੱਚ ਤਾਂ ਬੜੇ ਹੀ ਔਗਣ ਨੇ, ਗੁਣ ਨਾਹੀਂ, ਕੋਈ ਵੀ ਗੁਣ ਨਹੀਂ ਹੈ, ਕੋਈ ਗੁਣ ਨਾਹੀਂ ਮੇਰੇ ਵਿੱਚ, ਤਾਂ ਇੱਕ ਵੀ ਗੁਣ ਨਹੀਂ ਹੈਗਾ, ਅਤੇ ਮੈਂ ਔਗਣ ਨਾਲ ਭਰੀ ਹੋਈ ਜੀਵ ਇਸਤਰੀ ਹੈਗੀ ਹਾਂ, ਅਤੇ ਹੇ ਪਰਮਾਤਮਾ ਜੇਕਰ ਤੂੰ ਮੇਰੇ 'ਤੇ ਮਿਹਰ ਕਰੇ ਤਾਂ ਹੀ ਮੇਰੀ ਸੰਸਾਰ ਸਾਗਰ ਦੇ ਵਿੱਚੋਂ ਮੁਕਤੀ ਹੋ ਸਕਦੀ ਹੈਗੀ ਆ, ਇਸ ਲਈ ਤੂੰ ਮੇਰੇ 'ਤੇ ਮਿਹਰ ਦੀ ਬਖਸ਼ਿਸ਼ ਸਦਾ ਕਰਦਾ ਰਹੀਂ। ਜਿਉਂ ਭਾਵੇਂ ਤਿਉਂ ਰਾਖ ਪਿਆਰਿਆ, ਦਾਵਣ ਤੇਰੇ ਮੈਂ ਲੁਕੀ। ਤਾਂ ਅਗਲੀਆਂ ਲਾਈਨਾਂ ਦੇ ਵਿੱਚ ਜਿਹੜੇ ਸ਼ਾਹ ਹੁਸੈਨ ਜੀ ਕਹਿੰਦੇ ਨੇ ਵੀ ਜਿਵੇਂ ਹੇ ਪਰਮਾਤਮਾ ਜਿਵੇਂ ਤੂੰ ਚਾਹੇ ਉਸ ਤਰ੍ਹਾਂ ਹੀ ਤੂੰ ਮੈਨੂੰ ਇਸ ਸੰਸਾਰ ਦੇ ਵਿੱਚ ਰੱਖ,
ਦਾਵਣ ਤੇਰੇ ਮੈਂ ਲੁਕੀਆਂ। ਦਾਵਣ ਹੁੰਦਾ ਵੀ ਜਿਵੇਂ ਬੁੱਕਲ ਦੇ ਵਿੱਚ, ਮਾਂ ਪਿਓ ਦੀ ਬੁੱਕਲ ਦੇ ਵਿੱਚ ਬੱਚਾ ਰੁਕ ਜਾਂਦਾ ਹੈ। ਤਾਂ ਸ਼ਾਹ ਹੁਸੈਨ ਜੀ ਕਹਿੰਦੇ ਨੇ ਵੀ ਮੈਂ ਤੇਰੇ ਨਾਲ ਬੱਝੀ ਹੋਈ ਹੈਗੀ ਹਾਂ, ਤੇਰੇ ਜਿਹੜਾ ਹੈ ਲੜ ਲੱਗੀ ਹੋਈ ਹੈਗੀ ਹਾਂ, ਤੂੰ ਜਿਸ ਤਰ੍ਹਾਂ ਮੈਨੂੰ ਚਾਹੇ ਉਸ ਤਰ੍ਹਾਂ ਹੀ ਰੱਖ ਲੈ। ਜੇ ਤੂੰ ਨਜ਼ਰ ਮਿਹਰ ਦੀ ਡਲ ਭਾਲੇ ਚੜ ਚੁਬਾਰੇ ਮੈਂ ਸੁੱਤੀ ਹਾਂ। ਤਾਂ ਸ਼ਾਹ ਹੁਸੈਨ ਜੀ ਕਹਿੰਦੇ ਨੇ ਵੀ ਹੇ ਪਰਮਾਤਮਾ, ਜੇਕਰ ਤੂੰ ਮੇਰੇ ਉੱਤੇ ਮਿਹਰ ਦੀ ਨਜ਼ਰ ਕਰੇ, ਬਖਸ਼ਿਸ਼ ਕਰੇ, ਤਾਂ ਫਿਰ ਮੈਂ ਬੇਫਿਕਰ ਹੋ ਕੇ ਚੁਬਾਰੇ ਚੜ੍ਹ ਕੇ ਸੌਂ ਸਕਦੀ ਹਾਂ। ਚੜ੍ਹ ਸਵਾਰੇ ਸੁੱਤੀਆਂ ਦਾ ਅਰਥ ਹੈ ਵੀ ਮੈਂ ਸੁੱਖ ਦੀ ਨੀਂਦ ਸੌਂ ਸਕਦੀ ਹਾਂ ਜੇਕਰ ਪਰਮਾਤਮਾ ਦੀ ਮਿਹਰ ਮੇਰੇ ਉੱਤੇ ਹੋ ਜਾਵੇ। ਕਹਿ ਹੁਸੈਨ ਫਕੀਰ ਸਾਈਂ ਦਾ ਦਰ ਤੇਰੇ ਦੀ ਮੈਂ ਕੁੱਤੀ। ਤਾਂ ਸ਼ਾਹ ਹੁਸੈਨ ਜੀ ਆਪਣੇ ਆਪ ਨੂੰ ਕਹਿੰਦੇ ਹੈਗੇ ਨੇ ਕਿ ਮੈਂ ਤਾਂ ਉਸ ਪਰਮਾਤਮਾ ਦਾ ਨਿਮਾਣਾ ਜਿਹਾ ਫਕੀਰ ਹਾਂ ਅਤੇ ਮੇਰੀ ਜਿਹੜੀ ਹਸਤੀ ਹੈ ਉਹ ਇੱਕ ਫਕੀਰ ਦੇ ਦਰ ਦੇ ਉੱਤੇ ਬੈਠੀ ਕੁੱਤੀ ਵਰਗੀ ਹੈਗੀ ਆ, ਅਤੇ ਮੈਂ ਇੱਕ ਉਸਦੀ ਗੁਲਾਮ ਹਾਂ, ਨੌਕਰ ਹਾਂ, ਜਿਸ ਤਰ੍ਹਾਂ ਉਹ ਪਰਮਾਤਮਾ ਚਾਹੇ ਮੈਨੂੰ ਰੱਖ ਸਕਦਾ ਹੈ। ਤਾਂ ਇਹ ਤਾਂ ਸੀਗੀ ਆਪਣੀ ਪਹਿਲੀ ਕਾਫੀ ਦੇ ਪ੍ਰਸੰਗ ਦੱਸ ਕੇ ਵਿਆਖਿਆ, ਅਤੇ ਹੁਣ ਆਪਾਂ ਇਸ ਨਾਲ ਸੰਬੰਧਿਤ ਪ੍ਰਸ਼ਨ ਨੇ ਜੋ ਉਹ ਦੇਖਣੇ ਹੈਗੇ ਨੇ, ਕਿਉਂਕਿ ਤੁਹਾਨੂੰ ਪ੍ਰਸ਼ਨ ਆਉਂਦੇ ਨੇ ਪ੍ਰਸੰਗ ਦੱਸ ਕੇ ਵਿਆਖਿਆ, ਸਾਰ ਲਿਖਣਾ ਅਤੇ ਵਿਸ਼ਾ ਵਸਤੂ ਲਿਖਣਾ, ਠੀਕ ਹੈ। ਤਾਂ ਹੁਣ ਇਹਦਾ ਆਪਾਂ ਵਿਸ਼ਾ ਵਸਤੂ ਥੀਮ ਜਾਂ ਸਾਰ ਲਿਖਣਾ ਹੈਗਾ। ਮੈਂ ਤੇਰੀ ਹੋ ਮੁੱਕੀ ਹਾਂ ਕਾਫੀ ਸ਼ਾਹ ਹੁਸੈਨ ਜੀ ਦੀ ਲਿਖੀ ਹੋਈ ਹੈ। ਇਸ ਕਾਫੀ ਵਿੱਚ ਸ਼ਾਹ ਹੁਸੈਨ ਨੇ ਪ੍ਰਭੂ ਨਾਲ ਆਪਣੀ ਪ੍ਰੀਤੀ, ਉਸ ਉੱਪਰ ਆਪਣੀ ਟੇਕ ਅਤੇ ਉਸਦੀ ਮਿਹਰ ਦੀ ਖਾਹਿਸ਼ ਨੂੰ ਬਿਆਨ ਕੀਤਾ ਹੈ। ਸ਼ਾਹ ਹੁਸੈਨ ਜੀ ਇਸਤਰੀ ਰੂਪ ਦੇ ਵਿੱਚ ਕਹਿੰਦੇ ਹੈਗੇ ਨੇ ਕਿ ਹੇ ਮੇਰੇ ਮਾਲਕ ਪ੍ਰਭੂ, ਮੈਂ ਤਾਂ ਤੇਰੀ ਹੀ ਹਾਂ, ਹੋ ਕੇ ਰਹਿ ਗਈ ਹਾਂ, ਤੂੰ ਮੈਨੂੰ ਆਪਣੇ ਮਨ ਤੋਂ ਨਾ ਭੁਲਾਈਂ, ਮੈਂ ਔਗਣਹਾਰੀ ਹਾਂ ਅਤੇ ਹਰੇਕ ਗੱਲ ਵਿੱਚ ਭੁੱਲਾਂ ਕਰਨ ਵਾਲੀ ਹਾਂ। ਜੇਕਰ ਤੂੰ ਮੈਨੂੰ ਬਖਸ਼ ਦੇਵੇਂ ਤਾਂ ਮੈਂ ਔਗਣਾਂ ਤੋਂ ਛੁੱਟ ਸਕਦੀ ਹਾਂ, ਤੂੰ ਮੈਨੂੰ ਉਸੇ ਤਰ੍ਹਾਂ ਰੱਖ ਜਿਸ ਤਰ੍ਹਾਂ ਤੇਰਾ ਦਿਲ ਕਰਦਾ ਹੈ, ਮੈਂ ਤਾਂ ਤੇਰੇ ਲੜ ਲੱਗ ਚੁੱਕੀ ਹੈਗੀ ਹਾਂ, ਅਤੇ ਜੇਕਰ ਤੂੰ ਮੇਰੇ ਉੱਪਰ ਆਪਣੀ ਮਿਹਰ ਦੀ ਨਜ਼ਰ ਕਰ ਦੇਵੇਂ ਤਾਂ ਮੈਂ ਚੁਬਾਰੇ ਚੜ੍ਹ ਕੇ ਸੌਂ ਜਾਵਾਂ, ਭਾਵ ਮੈਂ ਬੇਫਿਕਰ ਹੋ ਜਾਵਾਂ ਅਤੇ ਤੇਰੇ ਪਿਆਰ ਦੀ ਉਡੀਕ ਕਰਾਂ। ਮੈਂ ਬੜੀ ਨਿਰਮਾਣਤਾ ਦੇ ਨਾਲ ਕਹਿੰਦੀ ਹਾਂ ਕਿ ਮੇਰਾ ਕੋਈ ਮਾਣ ਹੰਕਾਰ ਨਹੀਂ ਹੈ, ਮੈਂ ਤਾਂ ਤੇਰੇ ਦਰ ਉੱਤੇ ਬੈਠੀ ਕੁੱਤੀ ਦੇ ਬਰਾਬਰ ਹਾਂ। ਤਾਂ ਹੁਣ ਇਸ ਕਾਫੀ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਹੈਗੇ ਨੇ। ਮੈਂ ਤੇਰੀ ਹੋ ਮੁੱਕੀਆਂ ਕਾਫੀ ਵਿੱਚ ਕਿਹੋ ਜਿਹੇ ਭਾਵ ਅੰਕਿਤ ਕੀਤੇ ਗਏ ਹੈ। ਇਸ ਕਾਫੀ ਵਿੱਚ ਸ਼ਾਹ ਹੁਸੈਨ ਜੀ ਨੇ ਬੜੀ ਨਿਮਰਤਾ ਅਤੇ ਅਧੀਨਗੀ ਨਾਲ ਪ੍ਰਭੂ ਤੋਂ ਉਸਦੀ ਬਖਸ਼ਿਸ਼ ਅਤੇ ਮਿਹਰ ਦੀ ਮੰਗ ਕੀਤੀ ਹੈ ਅਤੇ ਨਿਰਮਾਣਤਾ ਵਾਲੇ ਭਾਵ ਪ੍ਰਗਟ ਕੀਤੇ ਹੈਗੇ ਨੇ। ਦੂਸਰਾ ਪ੍ਰਸ਼ਨ, ਮੈਂ ਤੇਰੀ ਹੋ ਮੁੱਕੀ ਹਾਂ ਕਾਫੀ ਵਿੱਚ ਸ਼ਾਹ ਹੁਸੈਨ ਨੇ ਨਿਮਰਤਾ ਪ੍ਰਗਟ ਕਰਦੇ ਹਾਂ ਆਪਣੇ ਲਈ ਕਿਹੜੇ ਸ਼ਬਦ ਵਰਤੇ ਹਨ। ਇਸ ਕਾਵਿ ਵਿੱਚ ਸ਼ਾਹ ਹੁਸੈਨ ਜੀ ਨੇ ਨਿਮਰਤਾ ਪ੍ਰਗਟਣ ਲਈ ਕਰਨ ਲਈ ਆਪਣੇ ਲਈ ਔਗਣਹਾਰੀ, ਭੁੱਲਣਹਾਰ ਅਤੇ ਸਾਈਂ ਦੇ ਦਰ ਦੀ ਕੁੱਤੀ, ਆਹ ਸ਼ਬਦ ਹੈਗਾ ਨਾ, ਇਸ ਇਹਨਾਂ ਦੀ ਵਰਤੋਂ ਕੀਤੀ ਹੈ। ਅਗਲਾ ਪ੍ਰਸ਼ਨ ਹੈ, ਮੈਂ ਤੇਰੀ ਹੋ ਮੁੱਕੀ ਹਾਂ ਕਾਫੀ ਵਿੱਚ ਕੀ ਵਿਚਾਰ ਪੇਸ਼ ਕੀਤੇ ਹਨ। ਇਸ ਕਾਫੀ ਵਿੱਚ ਸ਼ਾਹ ਹੁਸੈਨ ਜੀ ਨੇ ਪ੍ਰਭੂ ਦੇ ਨਾਲ ਆਪਣੀ ਪ੍ਰੀਤੀ, ਉਸ ਉੱਪਰ ਆਪਣੀ ਟੇਕ ਅਤੇ ਉਸਦੀ ਮਿਹਰ ਦੀ ਇੱਛਾ ਸੰਬੰਧੀ ਭਾਵ ਅਤੇ ਵਿਚਾਰ ਪ੍ਰਗਟ ਕੀਤੇ ਹਨ। ਅਗਲਾ ਪ੍ਰਸ਼ਨ, ਮੈਂ ਤੇਰੀ ਹੋ ਮੁੱਕੀ ਹਾਂ ਕਾਫੀ ਦਾ ਕੇਂਦਰੀ ਭਾਵ ਦੱਸਣਾ ਹੈ ਆਪਾਂ ਨੇ। ਪ੍ਰਭੂ ਦੇ ਲੜ ਲੱਗੀ ਹੋਈ ਜੀਵ ਇਸਤਰੀ ਚਾਹੁੰਦੀ ਹੈ ਕਿ ਉਹ ਉਸਨੂੰ ਨਜ਼ਰ ਅੰਦਾਜ਼ ਨਾ ਕਰੇ, ਭਾਵੇਂ ਉਹ ਜੀਵ ਇਸਤਰੀ ਦੇ ਰੂਪ ਵਿੱਚ ਪਰਮਾਤਮਾ ਨੂੰ ਭੁੱਲ ਜਾਵੇ, ਪਰ ਪਰਮਾਤਮਾ ਉਸਨੂੰ ਹਮੇਸ਼ਾ ਚੇਤੇ ਰੱਖੇ। ਉਹ ਉਸ ਔਗਣਹਾਰੀ ਅਤੇ ਭੁੱਲਣਹਾਰੀ ਦੀਆਂ ਸਾਰੀਆਂ ਭੁੱਲਾਂ ਬਖਸ਼ ਲਵੇ,
ਅਤੇ ਉਹ ਨਿਰਮਾਣਤਾ ਦੇ ਨਾਲ ਉਸਦੇ ਮਿਹਰ ਦੀ ਨਜ਼ਰ ਅਤੇ ਪਿਆਰ ਦੀ ਉਡੀਕ ਕਰਦੀ ਹੈਗੀ ਆ ਅਤੇ ਉਸਦੀ ਦਰ ਦੀ ਕੁੱਤੀ ਦੇ ਸਮਾਨ ਨਿਰਮਾਣ ਜੀਵ ਹੈ। ਤਾਂ ਇਹ ਆਪਣੀ ਪਹਿਲੀ ਕਾਫੀ ਸੀਗੀ, ਮੈਂ ਤੇਰੀ ਹੋ ਮੁੱਕੀ ਹੈਗੀ। ਹੁਣ ਆਪਾਂ ਪੜ੍ਹਨੀ ਹੈ ਦੂਸਰੀ ਕਾਫੀ, ਕਿਉਂਕਿ ਗੱਲ ਹੈ ਪੇਪਰਾਂ ਦੇ ਨੇੜੇ ਹੋਣ ਦੀ, ਨਹੀਂ ਤਾਂ ਫਿਰ ਮੈਂ ਇੱਕ ਇੱਕ ਕਰਕੇ ਪੜ੍ਹਾਉਣੀ ਸੀ। ਹੁਣ ਆਪਾਂ ਦੋ ਜਾਂ ਤਿੰਨ ਕਾਫੀਆਂ ਇੱਕ ਵੀਡੀਓ ਦੇ ਵਿੱਚ ਪੜ੍ਹ ਲਿਆ ਕਰਾਂਗੇ, ਠੀਕ ਆ। ਤਾਂ ਦੂਸਰੀ ਕਾਫੀ ਹੈ ਸਾਡੀ ਕਿਤਾਬ ਦੇ ਵਿੱਚ, ਤਾਂ ਤੀਜੀ ਆ, ਅਤੇ ਇਸ ਵੀਡੀਓ ਦੇ ਵਿੱਚ ਆਪਾਂ ਦੂਸਰੀ ਪੜ੍ਹਾਂਗੇ, ਹੈ ਨਾ। ਚੰਦਨ ਰੁੱਖ ਲੱਗਾ ਵਿੱਚ ਵਿੜੇ। ਹੁਣ ਚੰਦਨ ਰੁੱਖ ਬਾਰੇ ਸਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਵੀ ਚੰਦਨ ਰੁੱਖ ਹੁੰਦਾ ਕੀ ਆ। ਚੰਦਨ ਰੁੱਖ ਬੇਟੇ ਇੱਕ ਇਹੋ ਜਿਹਾ ਰੁੱਖ ਹੁੰਦਾ ਹੈ ਜਿਸ ਜਿਹੜਾ ਖੁਸ਼ਬੂਦਾਰ ਹੁੰਦਾ ਹੈ, ਜਿਹਦੇ ਵਿੱਚੋਂ ਖੁਸ਼ਬੂ ਆਉਂਦੀ ਆ। ਅਤੇ ਕਿਹਾ ਜਾਂਦਾ ਹੈ ਵੀ ਜੰਗਲਾਂ ਦੇ ਵਿੱਚ ਜਿਸ ਜਿਸ ਥਾਂ 'ਤੇ ਚੰਦਨ ਦਾ ਰੁੱਖ ਲੱਗਿਆ ਹੁੰਦਾ, ਉਸਦੇ ਨਾਲ ਵਾਲੇ ਜਿਹੜੇ ਰੁੱਖ ਨੇ ਉਹਨਾਂ ਦੇ ਵਿੱਚੋਂ ਵੀ ਚੰਦਨ ਦੀ ਖੁਸ਼ਬੂ ਆਉਂਦੀ ਹੈਗੀ ਆ। ਹੁਣ ਚੰਦਨ ਇੱਕ ਮਹਿੰਗੀ ਜਿਹੜੀ ਹੈਗੀ ਆ, ਮਹਿੰਗਾ ਪਦਾਰਥ ਹੈਗਾ ਬੇਟੇ, ਬਹੁਤ ਮਹਿੰਗਾ। ਅਤੇ ਆਮ ਤੌਰ 'ਤੇ ਜਿਵੇਂ ਮੰਦਰਾਂ ਦੇ ਵਿੱਚ, ਹੈ ਨਾ, ਪੂਜਾ ਕਰਨ ਦੇ ਲਈ ਮੱਥੇ 'ਤੇ ਤਿਲਕ ਲਗਾਉਣ ਲਈ ਇਹਨਾਂ ਇਸ ਦੀ ਵਰਤੋਂ ਕੀਤੀ ਜਾਂਦੀ ਹੈਗੀ ਆ। ਅਤੇ ਇਸ ਤਰ੍ਹਾਂ ਜਿਹੜਾ ਹੈਗਾ, ਕਵੀ ਸ਼ਾਹ ਹੁਸੈਨ ਜੀ ਨੇ ਕਿਹਾ ਹੈਗਾ ਕਿ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਆਪਣੇ ਮਨ ਦੇ ਵਿੱਚ ਚੰਦਨ ਰੂਪੀ ਰੁੱਖ ਲਗਾ ਕੇ ਰੱਖੀ, ਭਾਵ ਪਰਮਾਤਮਾ ਦੇ ਯਾਦ ਰੂਪੀ ਰੁੱਖ ਨੂੰ ਆਪਣੇ ਮਨ ਦੇ ਵਿੱਚ ਲਗਾ ਕੇ ਰੱਖੇ, ਉਸ ਦੇ ਨਾਲ ਹੀ ਰਹੇ, ਉਸ ਦੇ ਨਾਲ ਉਸਦੇ ਵਿਹੜੇ ਤਰ ਜਾਂਦੇ ਹੈਗੇ ਨੇ, ਇਸ ਕਾਫੀ ਦੇ ਵਿੱਚ ਦੱਸਿਆ। ਤਾਂ ਪ੍ਰਸੰਗ ਅਸੀਂ ਉਵੇਂ ਲਿਖਾਂਗੇ ਜਿਵੇਂ ਆਪਾਂ ਹਮੇਸ਼ਾ ਹੀ ਲਿਖਦੇ ਹਾਂ, ਅਤੇ ਵਿਆਖਿਆ ਦੇ ਵਿੱਚ ਅਸੀਂ ਲਿਖਾਂਗੇ ਕਿ ਰਹੀਓ ਉਹ ਨਾਲ ਸੱਜਣ ਦੇ ਰਹੀਓ। ਸ਼ਾਹ ਸਾਹਿਬ ਜੀ ਕਹਿੰਦੇ ਨੇ ਐ ਮਨੁੱਖ ਤੂੰ ਆਪਣੇ ਉਸ ਪਰਮਾਤਮਾ ਦੇ ਨਾਲ ਰਹਿਣਾ ਹੈ, ਉਸ ਸੱਜਣ ਮਿੱਤਰ ਬੇਲੀ ਦੇ ਨਾਲ ਰਹਿਣਾ ਹੈ। ਸੱਜਣ ਤੋਂ ਅਰਥ ਸਾਥੀ ਮਿੱਤਰ ਜਿਹੜਾ ਹੈ ਹੋ ਸਕਦਾ ਹੈਗਾ। ਅਤੇ ਲੱਖ ਲੱਖ ਵਧੀਆਂ ਅਤੇ ਸੌ ਸੌ ਤਾਨੇ ਸਭੇ ਸਿਰ 'ਤੇ ਸਹੀ ਹੈ, ਵੀ ਉਸ ਪਰਮਾਤਮਾ ਦੀ ਯਾਦ ਕਦੇ ਨਹੀਂ ਛੱਡਣੀ, ਪਰਮਾਤਮਾ ਦੇ ਨਾਲ ਜੁੜੇ ਰਹਿਣਾ ਚਾਹੀਦਾ ਹੈ। ਭਾਵੇਂ ਅਸੀਂ ਦੁੱਖ ਸੁੱਖ ਸਾਡੇ 'ਤੇ ਆਉਣ, ਪਰ ਉਸ ਰੱਬ ਨੂੰ ਹਮੇਸ਼ਾ ਯਾਦ ਕਰਦੇ ਰਹਿਣਾ। ਜਿਵੇਂ ਆਪਾਂ ਕਹਿੰਦੇ ਹੈਗੇ ਆਮ ਬਈ, ਜੇ ਸਾਡਾ ਹੈ ਸੁੱਖ ਹੋਵੇ ਤਾਂ ਸ਼ੁਕਰਾਨਾ ਕਰਨਾ ਹੈ, ਦੁੱਖ ਹੋਵੇ ਤਾਂ ਅਰਦਾਸ ਕਰਨੀ ਹੈ, ਅਤੇ ਹਰ ਸਮੇਂ ਸਿਮਰਨ ਕਰਨਾ ਚਾਹੀਦਾ, ਠੀਕ ਹੈ। ਤਾਂ ਇਸ ਤਰ੍ਹਾਂ ਹੀ ਸ਼ਾਹ ਸਾਹਿਬ ਜੀ ਕਹਿੰਦੇ ਨੇ ਵੀ ਉਸ ਪਰਮਾਤਮਾ ਦੀ ਯਾਦ ਵਿੱਚ ਰਹਿੰਦੇ ਹਾਂ। ਜੇਕਰ ਸਾਨੂੰ ਸੰਸਾਰ ਦੇ ਵਿੱਚ ਲੋਕਾਂ ਦੇ ਜਿਹੜੇ ਹੈਗੇ ਨੇ ਮਾੜੇ ਬੋਲ, ਲੱਖਾਂ ਬੁਰਾਈਆਂ ਅਤੇ ਸੌ ਸੌ ਤਾਨੇ ਵੀ ਸੁਣਨੇ ਪੈਣ, ਤਾਂ ਸਾਨੂੰ ਖਿੜੇ ਮੱਥੇ ਸਹਿਣੇ ਪੈ ਚਾਹੀਦੇ ਹਨ। ਸਭੇ ਸਿਰ 'ਤੇ ਸਹੀ ਹੋਵੇ, ਖਿੜੇ ਮੱਥੇ ਸਹਿਣ ਕਰਨੇ ਚਾਹੀਦੇ ਨੇ। ਤੋੜੇ ਸਿਰ ਵੰਜੇ ਤਾਂ ਨਾਲੋਂ ਤਾਂ ਵੀ ਹਾਲ ਨਾ ਕਹੀਏ, ਵੀ ਉਸ ਪਰਮਾਤਮਾ ਦੀ ਰਜ਼ਾ ਜੇ ਇਸ ਤਰ੍ਹਾਂ ਦੀ ਹੋਵੇ ਕਿ ਜਿਹੜਾ ਸਾਡਾ ਸਿਰ ਹੈ ਉਹ ਧੜ ਨਾਲੋਂ ਸਰੀਰ ਨਾਲੋਂ ਵੱਖਰਾ ਵੀ ਹੋ ਜਾਵੇ ਤਾਂ ਵੀ ਹਾਲ ਨਾ ਕਹੀ। ਉਹ ਹਾਲ ਦਾ ਅਰਥ ਹੁੰਦਾ ਵੀ ਇੱਥੇ ਸੀ ਕਹਿਣ, ਵੀ ਤਾਂ ਵੀ ਦੁੱਖ ਮਹਿਸੂਸ ਨਹੀਂ ਕਰਨਾ। ਜਿਵੇਂ ਆਪਣੇ ਜਿਹੜਾ ਹੈ ਪੰਜਵੀਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਿਹਾ, ਹੈ ਨਾ, ਵੀ ਤੇਰਾ ਭਾਣਾ ਮਿੱਠਾ ਲੱਗੇ, ਹੈ ਨਾ। ਉਸ ਤਰ੍ਹਾਂ ਹੀ ਜਿਹੜਾ ਹੈ ਇਹੀ ਭਾਵਨਾ ਹੈਗੀ ਇਹਦੇ ਵਿੱਚ ਵੀ, ਕਿ ਜਿਹੜਾ ਸ਼ਾਹ ਸਾਹਿਬ ਜੀ ਕਹਿੰਦੇ ਨੇ ਵੀ ਜੇਕਰ ਪਰਮਾਤਮਾ ਦੀ ਮਰਜ਼ੀ ਹੋਵੇ, ਸਾਡਾ ਜਿਹੜਾ ਸਿਰ ਹੈ ਧੜ ਨਾਲੋਂ ਵੱਖਰਾ ਹੋ ਜਾਵੇ ਤਾਂ ਵੀ ਸਾਨੂੰ ਸੀ ਨਹੀਂ ਕਰਨੀ ਚਾਹੀਦੀ, ਪਰਮਾਤਮਾ ਦੀ ਖੁਸ਼ੀ ਦੇ ਵਿੱਚ ਹੀ ਖੁਸ਼ੀ, ਮਰਜ਼ੀ ਦੇ ਵਿੱਚ ਹੀ ਖੁਸ਼ੀ ਮਹਿਸੂਸ ਕਰਨੀ ਚਾਹੀਦੀ ਹੈ। ਸੁੱਖਨ ਜਿਨ੍ਹਾਂ ਦਾ ਹੋਵੇ ਦਾਰੂ, ਹਾਲ ਉਹ ਥਾਈਂ ਕਹੀ ਉਹ।
ਉਥਾਈ, ਥਾਂ ਹੁੰਦਾ ਹੈ ਜਗ੍ਹਾ, ਉਥਾਈ ਉਸ ਥਾਂ 'ਤੇ, ਹਾਲ ਆਪਣੇ ਮਨ ਦੀ ਗੱਲ। ਉਹ ਕਹਿੰਦੇ ਵੀ ਸਾਨੂੰ ਜਿਹੜਾ ਹੈ ਆਪਣੀ ਦੁੱਖ ਦੀ ਗੱਲ ਜਿਹੜੀ ਹੈਗੀ ਆ ਉਹ ਕਿੱਥੇ ਬੋਲਣੀ ਚਾਹੀਦੀ ਆ, ਜਿਸ ਥਾਂ ਦੇ ਉੱਤੇ ਸਾਡੀ ਗੱਲ ਸੁਣੀ ਜਾਵੇ। ਸੁੱਖ ਨੂੰ ਹੁੰਦਾ ਵੈਸੇ ਬੋਲਣ, ਬੋਲਚਾਲ, ਅਜਿਹਾ ਸ਼ਬਦ, ਸੁੱਖ ਭਰਿਆ ਅਜਿਹਾ ਸ਼ਬਦ, ਕਹਿੰਦਾ ਜਿੱਥੇ ਸਾਡੀ ਅਸੀਂ ਆਪਣਾ ਦੁੱਖ ਕਹਿਣਾ ਕਿਸੇ ਨੂੰ ਕਿੱਥੇ ਕਹਿਣਾ ਚਾਹੀਦਾ, ਜਿੱਥੇ ਸਾਡੇ ਨਾਲ ਕੋਈ ਸੁੱਖ ਦੀਆਂ ਦੋ ਗੱਲਾਂ ਕਰਕੇ ਸਾਡੇ ਦੁੱਖ ਨੂੰ ਦੂਰ ਕਰ ਦੇਵੇ, ਭਾਵ ਸਾਡੀ ਗੱਲ ਸੁਣ ਲਵੇ, ਸਹਿਜ ਨਾਲ ਸੁਣ ਕੇ ਸਾਡੇ ਦੁੱਖ ਨੂੰ ਦੂਰ ਕਰਨ ਦੀ ਗੱਲ ਕਰੇ ਕੋਈ ਵਿਅਕਤੀ, ਸਾਨੂੰ ਆਪਣਾ ਦੁੱਖ ਦਾ ਉੱਥੇ ਹੀ ਦੱਸਣਾ ਚਾਹੀਦਾ, ਵੀ ਐਵੇਂ ਰੌਲਾ ਨਹੀਂ ਪਾਉਣਾ ਚਾਹੀਦਾ, ਹਰ ਬੰਦੇ ਨੂੰ ਆਪਣਾ ਦੁੱਖ ਦੱਸਣਾ ਚਾਹੀਦਾ। ਚੰਦਨ ਰੁੱਖ ਲੱਗਾ ਵਿੱਚ ਵਿਹੜੇ, ਜ਼ੋਰ ਧਿੰਗਾਣੇ ਖਹੀਏ, ਧਿੰਗਾਣੇ ਹੁੰਦਾ ਜ਼ਬਰਦਸਤੀ, ਖਹੀਏ ਖਹਿਣਾ ਮਤਲਬ ਨਾਲ, ਮਤਲਬ ਲੱਗਣਾ ਨਾਲ, ਲੱਗ ਜਾਣਾ, ਹੈ ਨਾ, ਜ਼ੋਰਦਾਰ ਅਰਥ ਜ਼ਬਰਦਸਤੀ। ਤਾਂ ਸ਼ਾਹ ਸਾਹਿਬ ਜੀ ਕਹਿੰਦੇ ਨੇ ਵੀ ਐ ਮਨੁੱਖ, ਤੈਨੂੰ ਜਿਹੜਾ ਹੈ ਪਰਮਾਤਮਾ ਦੇ ਪਿਆਰ ਦਾ ਜਿਹੜਾ ਰੁੱਖ ਹੈ, ਖੂਬਸੂਰਤ ਰੁੱਖ ਚੰਦਨ ਦਾ ਰੁੱਖ ਹੈ, ਉਹ ਆਪਣੇ ਵਿਹੜੇ, ਮਨ ਦੇ ਵਿਹੜੇ ਵਿੱਚ ਲਾਉਣਾ ਚਾਹੀਦਾ ਹੈ, ਅਤੇ ਉਹਦੇ ਨਾਲ ਹਰ ਟਾਈਮ ਜ਼ਬਰਦਸਤੀ ਜੁੜੇ ਰਹਿਣਾ ਚਾਹੀਦਾ। ਇੱਥੇ ਮਤਲਬ ਇਹ ਹੈਗਾ ਵੀ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਹੈ ਵੀ ਚੰਦਨ ਦੇ ਰੁੱਖ ਨੇ, ਉਹਦੇ ਨਾਲ ਜਿਹੜੇ ਰੁੱਖ ਖੈਂਦੇ ਨੇ ਜਾਂ ਉਹਦੇ ਨਾਲ ਲੱਗੇ ਰਹਿੰਦੇ ਨੇ, ਫਿਰ ਉਹਨਾਂ ਦੇ ਵਿੱਚੋਂ ਖੁਸ਼ਬੂ ਆਉਂਦੀ ਹੈ। ਇਸ ਤਰ੍ਹਾਂ ਹੀ ਜੇਕਰ ਪਰਮਾਤਮਾ ਦਾ ਜਿਹੜਾ ਨਾਮ ਹੈ ਉਸਦੀ ਖੁਸ਼ਬੂ ਸਾਡੇ ਮਨ ਦੇ ਵਿੱਚ ਹੋਊਗੀ ਤਾਂ ਫਿਰ ਅਸੀਂ ਉਹਦੇ ਨਾਲ ਜੁੜੇ ਰਵਾਂਗੇ ਅਤੇ ਸਾਡਾ ਭਲਾ ਹੋ ਜਾਵੇਗਾ। ਠੀਕ ਹੈ, ਕਹੇ ਹੁਸੈਨ ਫਕੀਰ ਸਾਈਂ ਦਾ, ਜੀਵਨ ਦੇ ਅਮਰ ਰਹੀਏ ਉਹ। ਅਤੇ ਇਸ ਤਰ੍ਹਾਂ ਸ਼ਾਹ ਹੁਸੈਨ ਜੀ ਕਹਿੰਦੇ ਨੇ ਕਿ ਸਾਨੂੰ ਜਿਹੜਾ ਹੈ ਜ਼ਿੰਦਗੀ ਦੇ ਵਿੱਚ ਪਰਮਾਤਮਾ ਦਾ ਨਾਮ ਆਪਣੇ ਮਨ ਦੇ ਵਿੱਚ ਲਾਉਣਾ ਚਾਹੀਦਾ ਹੈ, ਪਰਮਾਤਮਾ ਦੇ ਨਾਮ ਰੂਪੀ ਚੰਦਨ ਦਾ ਰੁੱਖ ਆਪਣੇ ਮਨ ਦੇ ਵਿਹੜੇ 'ਚ ਲਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜ਼ਿੰਦਗੀ ਜਿਉਣੀ ਕਿਵੇਂ ਆ, ਜੀਵਦਿਆਂ ਮਰ ਰਹੀ ਹੋ, ਇੱਥੇ ਜੀਵਦਿਆਂ ਹੈ ਜ਼ਿੰਦਗੀ, ਮਰ ਰਹੀ ਇਹਦਾ ਅਰਥ ਇੱਥੇ ਕੀ ਹੈ ਵੀ ਸਾਨੂੰ ਹਉਮੈ ਦੀ ਭਾਵਨਾ ਹੈ ਜੋ ਸਾਡੇ ਮਨ ਦੇ ਵਿੱਚ, ਮੈਂ ਦੀ ਭਾਵਨਾ ਹੈ, ਉਸਨੂੰ ਮਾਰ ਕੇ ਜ਼ਿੰਦਗੀ ਦੇ ਵਿੱਚ ਜਿਉਣਾ ਚਾਹੀਦਾ ਹੈ, ਤਾਂ ਹੀ ਅਸੀਂ ਆਪਣੀ ਜ਼ਿੰਦਗੀ ਨੂੰ ਵਧੀਆ ਬਣਾ ਸਕਦੇ ਹੈਗੇ ਹਾਂ, ਤਾਂ ਹੀ ਸਾਡਾ ਜੀਵਨ ਵਧੀਆ ਸੁਖਾਲਾ ਹੋ ਸਕਦਾ ਹੈਗਾ। ਤਾਂ ਇਹ ਸੀਗੇ ਇਸ ਦੀ ਪ੍ਰਸੰਗ ਦੱਸ ਕੇ ਵਿਆਖਿਆ, ਅਤੇ ਇਸ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਵਿਸ਼ਾ ਵਸਤੂ ਪਹਿਲਾਂ, ਚੰਦਨ ਰੁੱਖ ਲੱਗਾ ਵਿੱਚ ਵਿਹੜੇ, ਕਾਫੀ ਸ਼ਾਹ ਹੁਸੈਨ ਜੀ ਦੀ ਲਿਖੀ ਹੋਈ ਹੈ। ਇਸ ਵਿੱਚ ਕਵੀ ਨੇ ਪ੍ਰਭੂ ਪ੍ਰੇਮ ਦੇ ਭਾਵ ਪ੍ਰਗਟ ਕਰਦਿਆਂ ਇਸ਼ਕ ਦੇ ਵਿਖੜੇ ਪੈਂਡੇ ਦਾ ਵਰਣਨ ਕੀਤਾ ਹੈ। ਪਹਿਲੀ ਗੱਲ, ਇਸ਼ਕ ਦਾ ਮਤਲਬ ਇੱਥੇ ਇਸ਼ਕ ਹਕੀਕੀ ਹੈ, ਪਰਮਾਤਮਾ ਦੇ ਨਾਲ ਪਿਆਰ ਦੀ ਗੱਲ ਹੈਗੀ ਆ। ਸ਼ਾਹ ਹੁਸੈਨ ਕਹਿੰਦਾ ਹੈ ਕਿ ਸਾਨੂੰ ਸਦਾ ਆਪਣੇ ਸੱਜਣ ਪ੍ਰਭੂ ਦੇ ਨਾਲ ਜੁੜੇ ਰਹਿਣਾ ਚਾਹੀਦਾ ਹੈ ਅਤੇ ਸਾਨੂੰ ਇੱਕ ਪਲ ਲਈ ਵੀ ਉਸ ਤੋਂ ਵੱਖ ਨਹੀਂ ਹੋਣਾ ਚਾਹੀਦਾ। ਉਹ ਸੱਜਣ ਪ੍ਰਭੂ ਭਾਵੇਂ ਸਾਡੇ ਵਿੱਚ ਨੁਕਸ਼ ਕੱਢ ਕੇ ਸਾਡੀ ਲੱਖ ਬੁਰਾਈ ਕਰੇ ਅਤੇ ਭਾਵੇਂ ਸੌ ਸੌ ਤਾਨੇ ਦੇਵੇ, ਸਾਨੂੰ ਸਭ ਕੁਝ ਚੁੱਪ ਰਹਿ ਕੇ ਸਹਿਣਾ ਚਾਹੀਦਾ ਹੈ। ਉਹ ਸੱਜਣ ਪ੍ਰਭੂ ਭਾਵੇਂ ਸਾਡਾ ਸਿਰ ਧੜ ਨਾਲੋਂ ਵੱਖ ਕਰ ਦੇਵੇ ਤਾਂ ਵੀ ਸਾਨੂੰ ਮੁੱਖੋਂ ਸੀ ਨਹੀਂ ਕਰਨੀ ਚਾਹੀਦੀ। ਅਸਲ ਵਿੱਚ ਸਾਡੇ ਦਿਲ ਦੇ ਦਰਦ ਨੂੰ ਸੱਜਣ ਪ੍ਰਭੂ ਤੋਂ ਬਿਨਾਂ ਹੋਰ ਕੋਈ ਦੂਰ ਵੀ ਨਹੀਂ ਕਰ ਸਕਦਾ। ਇਸ ਕਰਕੇ ਆਪਣੇ ਦਿਲ ਦਾ ਦਰਦ ਉਸ ਸੱਜਣ ਅੱਗੇ ਹੀ ਫੁੱਲਣਾ ਚਾਹੀਦਾ ਹੈ ਜਿਸ ਦਾ ਇੱਕ ਮਿੱਠਾ ਬੋਲ ਸਾਡੇ ਸਾਰੇ ਦਰਦ ਨੂੰ ਦੂਰ ਕਰ ਦੇਵੇ। ਜਿਵੇਂ ਆਪਾਂ ਕਿਹਾ ਸੀ, ਸੁੱਖ ਜਿਨ੍ਹਾਂ ਦਾ ਹੋਵੇ ਦਾਰੂ, ਹਾਲ ਉਹ ਥਾਂ ਕਹੀਏ, ਭਾਵ ਜਿਹੜਾ ਪਰਮਾਤਮਾ ਹੀ ਸਾਡੇ ਦੁੱਖਾਂ ਦਾ ਦਾਰੂ ਕਰ ਸਕਦਾ ਹੈ ਅਤੇ ਸਾਨੂੰ ਆਪਣਾ ਦੁੱਖ ਉਸਨੂੰ ਹੀ ਦੱਸਣਾ ਚਾਹੀਦਾ ਹੈਗਾ। ਜਿਸ ਮੇਰੇ ਹਿਰਦੇ ਦੇ ਵਿਹੜੇ ਵਿੱਚ ਪ੍ਰਭੂ ਦੀ ਯਾਦ ਰੂਪੀ ਚੰਦਨ ਦਾ ਖੂਬਸੂਰਤ ਰੁੱਖ ਲੱਗਿਆ ਹੋਇਆ ਹੈ, ਮੈਂ ਉਸ ਨਾਲ ਜ਼ਬਰਦਸਤੀ ਖਹਿ ਖਹਿ ਕੇ ਉਸਦੀ ਖੁਸ਼ਬੂ ਨਾਲ ਆਪ ਵੀ ਸੁਗੰਧਿਤ ਹੋ ਰਹੀ ਹੈਗੀ ਹਾਂ।
ਪ੍ਰਭੂ ਪ੍ਰੀਤਮ ਦਾ ਪਿਆਰ ਪ੍ਰਾਪਤ ਕਰਨ ਲਈ ਜੀਵ ਇਸਤਰੀ ਨੂੰ ਆਪਾ ਮਾਰ ਕੇ ਅਤੇ ਹੋਮੇ ਦਾ ਤਿਆਗ ਕਰਕੇ ਨਿਰਮਾਣਤਾ ਧਾਰਨ ਕਰਨੀ ਚਾਹੀਦੀ ਹੈ, ਤਾਂ ਹੀ ਉਸਨੂੰ ਪ੍ਰਭੂ ਪਰਮਾਤਮਾ ਦਾ ਪਿਆਰ ਪ੍ਰਾਪਤ ਹੁੰਦਾ ਹੈ। ਅੱਗੇ ਹੈਗੇ ਨੇ ਇਸ ਨਾਲ ਸੰਬੰਧਿਤ ਪ੍ਰਸ਼ਨਾਂ ਦੇ ਉੱਤਰ। ਚੰਦਨ ਰੁੱਖ ਲੱਗਾ ਵਿੱਚ ਵਿਹੜੇ, ਕਾਫੀ ਦਾ ਕੇਂਦਰੀ ਭਾਵ ਦੱਸੋ। ਜੀਵ ਇਸਤਰੀ ਨੂੰ ਆਪਾ ਮਾਰ ਕੇ ਨਿਮਰਤਾ ਧਾਰਨ ਕਰਕੇ ਸੱਜਣ ਪ੍ਰਭੂ ਨਾਲ ਜੁੜੇ ਰਹਿਣਾ ਚਾਹੀਦਾ ਹੈ। ਇਸ ਲਈ ਲੋਕ ਭਾਵੇਂ ਜਿੰਨੇ ਮਰਜ਼ੀ ਤਾਨੇ ਦੇਣ ਅਤੇ ਸੱਜਣ ਪ੍ਰਭੂ ਭਾਵੇਂ ਕਿੰਨੇ ਦੁੱਖ ਦੇਵੇ, ਉਸ ਨੂੰ ਆਪਣਾ ਸਿਰੜ ਨਹੀਂ ਛੱਡਣਾ ਚਾਹੀਦਾ। ਇਸ ਤਰ੍ਹਾਂ ਕਰਕੇ ਹੀ ਉਹ ਪਰਮਾਤਮਾ ਦਾ ਸਦੀਵੀ ਪਿਆਰ ਪ੍ਰਾਪਤ ਕਰ ਸਕਦੀ ਹੈ। ਚੰਦਨ ਰੁੱਖ ਲੱਗਾ ਵਿੱਚ ਵਿਹੜੇ ਕਾਫੀ ਵਿੱਚ ਕਵੀ ਨੇ ਕੀ ਵਿਚਾਰ ਪੇਸ਼ ਕੀਤਾ ਹੈ? ਇਸ ਕਾਫੀ ਵਿੱਚ ਕਵੀ ਕਹਿੰਦਾ ਹੈ ਕਿ ਪਰਮਾਤਮਾ ਦੇ ਇਸ਼ਕ ਦਾ ਪੈਂਡਾ ਵਿਖੜਾ ਭਾਵ ਔਖਾ ਹੈ, ਪਰੰਤੂ ਮਨੁੱਖ ਨੂੰ ਸਦਾ ਆਪਣੇ ਪ੍ਰੀਤਮ ਨਾਲ ਜੁੜੇ ਰਹਿਣਾ ਚਾਹੀਦਾ ਹੈ ਅਤੇ ਕਿਸੇ ਦੁਆਰਾ ਕੀਤੀ ਜਾਂਦੀ ਬੁਰਾਈ ਅਤੇ ਤਾਨਿਆਂ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ। ਉਹ ਪ੍ਰਭੂ ਪ੍ਰੀਤਮ ਭਾਵੇਂ ਸਿਰ ਨੂੰ ਧਾੜਨਾ ਨੂੰ ਵੱਖ ਕਰ ਦੇਵੇ, ਤਾਂ ਵੀ ਮੂੰਹੋਂ ਸੀ ਨਹੀਂ ਉਚਾਰਨੀ ਚਾਹੀਦੀ। ਆਪਣਾ ਦੁੱਖ ਵੀ ਉਸ ਸੱਜਣ ਪ੍ਰਭੂ ਅੱਗੇ ਹੀ ਫੋਲਣਾ ਚਾਹੀਦਾ ਹੈ, ਜਿਹੜਾ ਇੱਕੋ ਮਿੱਠੇ ਬੋਲ ਨਾਲ ਸਾਰੇ ਰੋਗ ਦੂਰ ਕਰ ਦੇਵੇ। ਇਸ ਦੇ ਨਾਲ ਹੀ ਮਨੁੱਖ ਨੂੰ ਨਿਮਰਤਾ ਦੇ ਨਾਲ ਵਿਚਰਨਾ ਚਾਹੀਦਾ ਹੈ। ਚੰਦਨ ਰੁੱਖ ਲੱਗਾ ਵਿੱਚ ਵਿਹੜੇ ਕਾਫੀ ਵਿੱਚ ਸ਼ਾਹ ਹੁਸੈਨ ਨੇ ਚੰਦਨ ਦਾ ਰੁੱਖ ਕਿਸ ਨੂੰ ਕਿਹਾ ਹੈ, ਉਸ ਪ੍ਰਤੀ ਸਾਡਾ ਕੀ ਰਵੱਈਆ ਹੋਣਾ ਚਾਹੀਦਾ ਹੈ? ਇਸ ਕਵਿਤਾ ਵਿੱਚ ਚੰਦਨ ਰੁੱਖ ਪਰਮਾਤਮਾ ਦੀ ਯਾਦ ਨੂੰ ਕਿਹਾ ਗਿਆ ਹੈ, ਜਿਸ ਨਾਲ ਸਾਨੂੰ ਜ਼ਬਰਦਸਤੀ ਖਿਆਉਂਦੇ ਰਹਿਣਾ ਭਾਵ ਉਸ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਹੈ। ਤਾਂ ਸੀਗੀ ਆਪਣੀ ਕਾਫੀ ਨੰਬਰ 2 ਚੰਦਨ ਰੁੱਖ ਲੱਗਾ ਵਿੱਚ ਵਿਹੜੇ। ਅਤੇ ਹੁਣ ਆਪਾਂ ਅਗਲੀ ਕਾਫੀ ਪੜ੍ਹਦੇ ਹੈਗੇ ਹਾਂ, ਇਹ ਗਲੀਆਂ ਸੁਪਨਾ ਭੀ ਥਿੱਸਨ। ਤਾਂ ਹੁਣ ਇਸ ਕਾਫੀ ਦੇ ਵਿੱਚ ਸ਼ਾਹ ਹੁਸੈਨ ਜੀ ਨੇ ਦੱਸਿਆ ਹੈਗਾ, ਇੱਕ ਮੁੱਖ ਗੱਲ ਦੱਸੀ ਹੈਗੀ ਆ ਕਿ ਜਿਹੜੀਆਂ ਇਹ ਸੰਸਾਰ ਦੀਆਂ ਗਲੀਆਂ ਨੇ, ਅਸੀਂ ਸਾਰੇ ਲੋਕ ਇਸ ਸੰਸਾਰ ਨੂੰ ਆਪਣਾ ਘਰ ਸਮਝ ਲੈਂਦੇ ਹੈਗੇ ਹਾਂ, ਹੈ ਨਾ, ਕਹਿੰਦੇ ਹਾਂ ਵੀ ਅਸੀਂ ਇੱਥੇ ਹੀ ਰਹਿਣਾ, ਹੈ ਨਾ, ਅਤੇ ਹਰੇਕ ਬੰਦੇ ਨੂੰ ਲੱਗਦਾ ਵੀ ਮੈਂ ਲੰਬੀ ਉਮਰ ਜੀਵਾਂ, ਹੈ ਨਾ, ਅਤੇ ਅਸੀਂ ਇਸ ਸੰਸਾਰ ਨੂੰ ਆਪਣਾ ਸਮਝ ਕੇ ਆਪਣੀਆਂ ਮਰਜ਼ੀਆਂ ਕਰਦੇ ਹੈਗੇ ਹਾਂ। ਪਰ ਸ਼ਾਹ ਹੁਸੈਨ ਜੀ ਸਾਰੇ ਹੀ ਧਾਰਮਿਕ ਜੋ ਆਗੂ ਨੇ ਸਾਡੇ, ਮਹਾਂਪੁਰਸ਼ ਨੇ, ਕੋਈ ਵੀ ਕਹਿ ਸਕਦੇ ਮੰਨ ਸਕਦੇ ਆਪਾਂ, ਤਾਂ ਸਾਰੇ ਹੀ ਕਹਿੰਦੇ ਨੇ ਵੀ ਇਹ ਜਿਹੜਾ ਸਾਡਾ ਇਹ ਸੰਸਾਰਿਕ ਜੀਵਨ ਹੈਗਾ, ਹੈ ਨਾ, ਇਹ ਇੱਕ ਤਰ੍ਹਾਂ ਦਾ ਉਸ ਤਰ੍ਹਾਂ ਹੀ ਆ ਜਿਵੇਂ ਇੱਕ ਕੁੜੀ ਹੈਗੀ ਆ, ਉਹ ਆਪਣੇ ਪੇਕੇ ਘਰ ਰਹਿੰਦੀ ਹੈਗੀ ਆ, ਜਵਾਨ ਹੁੰਦੀ ਆ ਅਤੇ ਫਿਰ ਸਹੁਰੇ ਚਲੀ ਜਾਂਦੀ। ਇਸ ਤਰ੍ਹਾਂ ਹੀ ਅਸੀਂ ਵੀ ਇਸ ਸੰਸਾਰ ਦੇ ਵਿੱਚ ਆਏ ਹੈਗੇ ਹਾਂ, ਇਹ ਇੱਕ ਤਰ੍ਹਾਂ ਨਾਲ ਸਾਡਾ ਪੇਕਾ ਘਰ ਆ ਅਤੇ ਸਹੁਰਾ ਘਰ ਹੈ ਭਾਈ ਅਗਲਾ ਜਨਮ, ਹੈ ਨਾ, ਜੋ ਅਸੀਂ ਭਾਵ ਮੌਤ, ਹੈ ਨਾ, ਹੋਣੀ ਆਉਣੀ ਹੈ ਸਭ ਨੂੰ। ਤਾਂ ਇਸ ਲਈ ਮਨੁੱਖ ਨੂੰ ਚਾਹੀਦਾ ਹੈ ਵੀ ਇਸ ਜੀਵਨ ਦੇ ਵਿੱਚ ਉਹ ਚੰਗੇ ਕਰਮ ਕਰੇ, ਜਿਵੇਂ ਬੁੱਲੇ ਸ਼ਾਹ ਜੀ ਨੇ ਕਿਹਾ ਨਹੀਂ ਵੀ ਪੂਣੀਆਂ ਕੱਤ, ਹੈ ਨਾ, ਵੀ ਤੂੰ ਪਰਮਾਤਮਾ ਦੇ ਨਾਮ ਰੂਪੀ ਪੂਣੀਆਂ ਕੱਤ। ਇਸੇ ਤਰ੍ਹਾਂ ਹੀ ਇਹਦੇ ਵਿੱਚ ਵੀ ਜਿਹੜਾ ਹੈ ਸ਼ਾਹ ਹੁਸੈਨ ਜੀ ਨੇ ਇਹੀ ਸਮਝਾਇਆ, ਇਹ ਗਲੀਆਂ ਸੁਪਨਾ ਵੀ ਥਿੱਸਨ, ਥਿੱਸਨ ਹੁੰਦਾ ਹੋ ਜਾਣਗੀਆਂ, ਸੁਪਨਾ ਸੁਪਨੇ ਵਾਂਗ, ਵੀ ਇਹ ਗਲੀਆਂ ਵੀ ਸੰਸਾਰ ਦੀਆਂ ਇਹ ਗਲੀਆਂ ਨੇ ਜਿਨ੍ਹਾਂ ਦੇ ਵਿੱਚ ਤੂੰ ਰਹਿ ਰਿਹਾ ਹੈਗਾ, ਮੌਜਾਂ ਮਾਣ ਰਿਹਾ ਹੈਗਾ, ਪਦਾਰਥਿਕ ਸੁੱਖਾਂ ਦੇ ਵਿੱਚ ਗਲਤਾਨ ਹੈਗਾ, ਇਹ ਗਲੀਆਂ ਤਾਂ ਇੱਕ ਸੁਪਨੇ ਵਾਂਗ ਹੀ ਹੈਗੀਆਂ ਨੇ। ਜੇ ਦੇਖਿਆ ਜਾਵੇ ਮਨੁੱਖ ਆਪਣੇ ਬਚਪਨ ਤੋਂ ਲੈ ਕੇ ਸਾਰੀ ਜ਼ਿੰਦਗੀ ਪਦਾਰਥਿਕ ਸੁੱਖਾਂ ਵਿੱਚ ਫਿਰਦਾ ਹੈ, ਇਹ ਗੱਲ ਨਹੀਂ ਅਸੀਂ ਕਹਿ ਸਕਦੇ ਵੀ ਬਚਪਨ ਵਿੱਚ ਇਸ ਤਰ੍ਹਾਂ ਨਹੀਂ ਕਰਦਾ, ਨਹੀਂ, ਬਚਪਨ ਦੇ ਵਿੱਚ ਵੀ ਉਸਨੂੰ, ਜੇ ਬਿਲਕੁਲ ਛੋਟੇ ਬੱਚੇ ਦੀ ਗੱਲ ਕਰੀਏ ਤਾਂ ਉਸਨੂੰ ਦੁੱਧ ਦਾ ਲਾਲਚ ਹੁੰਦਾ, ਉਹਨੂੰ ਉਹਦੇ ਵਿੱਚ ਖੁਸ਼ੀ ਮਹਿਸੂਸ ਹੁੰਦੀ ਹੈ, ਖੇਡਣ 'ਚ ਖੁਸ਼ੀ ਮਹਿਸੂਸ ਹੁੰਦੀ ਹੈ, ਹੌਲੀ ਹੌਲੀ ਫਿਰ ਉਹਨੂੰ ਹੋਰ ਚੀਜ਼ਾਂ ਚੰਗੀਆਂ ਲੱਗਣ ਲੱਗ ਜਾਂਦੀਆਂ ਨੇ, ਜਵਾਨੀ ਵਿੱਚ ਹੋਰ ਚੀਜ਼ਾਂ ਦਾ ਸ਼ੌਕ ਪੈਦਾ ਹੁੰਦਾ ਹੈ,
ਭਾਵ ਉਹਨੂੰ ਜਿਹੜਾ ਹੈ ਬਾਕੀ ਸਾਰੀਆਂ ਗੱਲਾਂ ਨਾਲੋਂ ਜਿਹੜੇ ਸੰਸਾਰਕ ਸੁੱਖ ਨੇ ਸਾਰੇ ਚੰਗੇ ਲੱਗਦੇ ਨੇ, ਉਹ ਅਸਲੀ ਜਿਹੜਾ ਹੈ ਆਪਣਾ ਇਸ ਜੀਵਨ ਦੇ ਵਿੱਚ ਆਉਣ ਦਾ ਮਨੋਰਥ ਭੁੱਲ ਜਾਂਦਾ ਹੈ। ਅਤੇ ਸ਼ਾਹ ਸਾਂਝੀ ਕੀ ਕਹਿੰਦੇ ਨੇ, ਕੋਈ ਦਮ ਮਾਣ ਲੈ ਰੰਗ ਲੜੀਆਂ, ਧਨ ਜੋ ਬੰਦਾ ਮਾਣ ਨਾ ਕਰੀਏ ਬਹੁਤ ਸਿਆਣੀਆਂ ਛਲੀਆਂ। ਬਈ ਇਹ ਮਨੁੱਖ ਕੋਈ ਦਮ ਦਾ ਸਮਾਂ, ਬਈ ਥੋੜ੍ਹਾ ਹੀ ਸਮਾਂ, ਬਈ ਤੂੰ ਇਸ ਸੰਸਾਰ ਦੀਆਂ ਜਿਹੜੀਆਂ ਰੰਗ ਰਲੀਆਂ ਨੇ, ਭਾਵ ਰੰਗ ਤਮਾਸ਼ੇ ਨੇ, ਭਾਵ ਪਦਾਰਥਿਕ ਸੁੱਖ ਨੇ, ਇਹਨਾਂ ਨੂੰ ਮਾਣ ਲੈ, ਇਹਨਾਂ ਦਾ ਸੁੱਖ ਪ੍ਰਾਪਤ ਕਰ ਲੈ, ਧਨ ਜੋ ਬੰਦਾ ਮਾਣ ਨਾ ਕਰੀਏ। ਮਨੁੱਖ ਨੂੰ ਚਾਹੀਦਾ ਹੈ ਵੀ ਜਿਹੜਾ ਇਹ ਸੁੱਖ ਨੇ ਬਹੁਤੇ ਸਮਾਂ ਨਹੀਂ ਰਹਿਣ ਵਾਲੇ, ਇਹ ਹਮੇਸ਼ਾ ਖਤਮ ਹੋ ਜਾਣ ਵਾਲੇ ਨਾਸ਼ਵਾਨ ਨੇ। ਅਤੇ ਇਸ ਲਈ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਆਪਣੇ ਧਨ ਦਾ, ਦੌਲਤ ਦਾ ਅਤੇ ਜਵਾਨੀ ਦਾ ਕਦੇ ਵੀ ਹੰਕਾਰ ਜਾਂ ਮਾਣ ਨਾ ਕਰੇ, ਕਿਉਂਕਿ ਇਹ ਹਮੇਸ਼ਾ ਖਤਮ ਹੋ ਜਾਣ ਵਾਲੀਆਂ ਚੀਜ਼ਾਂ ਨੇ। ਬਹੁਤ ਸਿਆਣੀਆਂ ਛੜੀਆਂ, ਸਿਆਣੇ ਦਾ ਭਾਵ ਬਹੁਤ ਸਿਆਣੀਆਂ ਜੀਵ ਇਸਤਰੀਆਂ ਨੇ, ਉਹ ਸੰਸਾਰ ਦੇ ਵਿੱਚ ਵਿਚਰ ਕੇ ਇਹਨਾਂ ਚੀਜ਼ਾਂ ਨੂੰ ਹੰਢਾ ਕੇ ਅਤੇ ਇਸ ਸੰਸਾਰ ਦੇ ਵਿੱਚੋਂ ਫਿਰ ਉਹਨਾਂ ਨੂੰ ਛਲਿਆ ਜਾਂਦਾ, ਭਾਵ ਉਹਨਾਂ ਦੇ ਨਾਲ ਧੋਖਾ ਹੋ ਜਾਂਦਾ, ਫਿਰ ਉਹਨਾਂ ਨੂੰ ਭਾਵ ਸੰਸਾਰ 'ਚੋਂ ਜਾਣਾ ਹੀ ਪੈਂਦਾ ਹੈ, ਭਾਵੇਂ ਉਹ ਕਿੰਨੀਆਂ ਧਨਵਾਨ ਹੋਣ, ਸੋਹਣੀਆਂ ਹੋਣ, ਹੈ ਨਾ ਜੀਵ ਇਸਤਰੀਆਂ, ਵੀ ਸੰਸਾਰ ਦੇ ਵਿੱਚ ਉਹਨਾਂ ਦੇ ਨਾਲ ਫਿਰ ਕਪਟ ਹੋ ਜਾਂਦਾ ਹੈ, ਵੀ ਉਹਨਾਂ ਦੀ ਮੌਤ ਹੋ ਜਾਂਦੀ ਹੈ, ਅਗਲਾ ਜਨਮ ਮਿਲਦਾ ਹੈ ਨਾ। ਤਾਂ ਇਸ ਤਰ੍ਹਾਂ ਮਨੁੱਖ ਨੂੰ ਜਿਹੜਾ ਹੈ ਬਹੁਤਾ ਸਮਾਂ ਇਹਨਾਂ ਨਾਸ਼ਵਾਨ ਚੀਜ਼ਾਂ ਨਾਲ ਪਿਆਰ ਨਹੀਂ ਕਰਨਾ ਚਾਹੀਦਾ। ਜਿਨ੍ਹਾਂ ਨਾਲ ਬਾਲਪਨ ਖੇਡਿਆ ਸੇ ਸਈਆਂ ਉੱਠ ਚੱਲੀਆਂ, ਸਈਆਂ ਸਹੇਲੀਆਂ, ਬਾਲਪਨ ਬਚਪਨ। ਤਾਂ ਸ਼ਾਹ ਸਾਹਿਬ ਜੀ ਕਹਿੰਦੇ ਨੇ ਵੀ ਜਿਨ੍ਹਾਂ ਸਹੇਲੀਆਂ ਦੇ ਨਾਲ ਮੈਂ ਬਚਪਨ ਵਿੱਚ ਖੇਡਾਂ ਖੇਡੀਆਂ, ਉਹ ਸਾਰੀਆਂ ਸਹੇਲੀਆਂ ਚਲੀਆਂ ਗਈਆਂ ਨੇ, ਭਾਵ ਉਹਨਾਂ ਦੀ ਮੌਤ ਹੋ ਗਈ ਹੈ। ਬਾਵਲ ਅੱਤਣ ਛੱਡ ਗਈਆਂ, ਬਾਹੋਂ ਰੜੇ ਕਰ ਚਲੀਆਂ। ਅਤੇ ਇਸ ਤਰ੍ਹਾਂ ਜਿਹੜਾ ਇਹ ਆਪਣੇ ਪਿਤਾ ਦਾ ਘਰ ਸੀਗਾ ਅਤੇ ਉਸ ਨੂੰ ਛੱਡ ਦਿੱਤਾ ਹੈ, ਕਿ ਉਸ ਨੂੰ ਛੱਡ ਕੇ ਬਾਵਲ ਅੱਤਣ ਛੱਡ ਗਈਆਂ, ਅਤੇ ਪਿਤਾ ਦੇ ਘਰ ਦੇ ਵਿੱਚ ਉਹ ਜਿਹੜਾ ਹੈਗਾ ਅੱਤਣ ਦਾ ਅਰਥ ਹੁੰਦਾ ਹੈ ਤ੍ਰਿੰਜਣ, ਵੀ ਜਿਸ ਤਰ੍ਹਾਂ ਕੁੜੀਆਂ ਨੇ ਪਹਿਲਾਂ ਛੋਟੀਆਂ ਹੁੰਦੀਆਂ ਨੇ ਤਾਂ ਖੇਡਾਂ ਖੇਡਦੀਆਂ ਨੇ, ਫਿਰ ਜਿਉਂ ਵੱਡੀਆਂ ਹੁੰਦੀਆਂ ਨੇ, ਪੁਰਾਣੇ ਸਮੇਂ ਦੀ ਗੱਲ ਕਰਦਾ ਕਿ ਫਿਰ ਉਹ ਤ੍ਰਿੰਜਣ 'ਚ ਬੈਠ ਕੇ ਚਰਖਾ ਕੱਤਦੀਆਂ ਨੇ, ਹੋਰ ਕਈ ਕੰਮ ਕਰਦੀਆਂ ਨੇ, ਹੈ ਨਾ। ਤਾਂ ਇਹ ਬਾਵਲ ਦੇ ਵਿਹੜੇ ਦੇ ਵਿੱਚ ਉਹ ਤ੍ਰਿੰਜਣ ਕੱਤਦੀਆਂ ਸੀਗੀਆਂ, ਉਹ ਸਾਰੀਆਂ ਛੱਡ ਕੇ ਫਿਰ ਉਹ ਆਪਣੇ ਪ੍ਰਭੂ ਪਤੀ ਦੇ ਘਰ ਚਲੀਆਂ ਗਈਆਂ, ਬਾਹਰੜੇ ਦਾ ਅਰਥ ਹੈ ਪ੍ਰਭੂ ਪਤੀ ਦੇ ਘਰ ਚਲੀਆਂ ਗਈਆਂ ਨੇ। ਇਹ ਗਲੀਆਂ ਸੁਪਨਾ ਵੀ ਥਿਸਣ ਬਾਵਲ ਵਾਲੀਆਂ ਗਲੀਆਂ, ਅਤੇ ਇਹ ਜਿਹੜੀਆਂ ਗਲੀਆਂ ਨੇ ਜਿਸ ਦੇ ਵਿੱਚ ਇੱਕ ਜੀਵ ਇਸਤਰੀ ਹੈ ਸੁਖੀ ਸੁਖੀ ਵੱਸਦੀ ਸੀ, ਬਾਲਪਨ ਵਿੱਚ ਖੇਡਦੀ ਸੀ, ਜਵਾਨੀ ਦੇ ਵਿੱਚ ਚਰਖੇ ਕੱਤਦੀ ਸੀ, ਉਹ ਜਿਹੜਾ ਹੈ ਸੁਪਨੇ ਵਾਂਗ ਉਸਦੇ ਹੱਥਾਂ ਦੇ ਵਿੱਚੋਂ ਗਿਰ ਗਿਆ। ਜਿਵੇਂ ਇੱਕ ਜਿਹੜਾ ਸੁਪਨਾ ਹੈ, ਸੁਪਨਾ ਕੀ ਹੁੰਦਾ ਸਾਰੇ ਜਾਣਦੇ ਹੈਗੇ ਆ, ਵੀ ਜਦੋਂ ਮਨੁੱਖ ਸੌਂਦਾ ਹੈ ਤਾਂ ਸੁਪਨੇ ਦੇ ਵਿੱਚ ਬੜਾ ਹੀ ਕੁਛ ਦੇਖਦਾ, ਪਰ ਜਿਉਂ ਹੀ ਉਸਦੀ ਅੱਖ ਖੁੱਲ੍ਹਦੀ ਹੈ ਤਾਂ ਉਹਨੂੰ ਕੋਈ ਵੀ ਚੀਜ਼ ਨਜ਼ਰ ਨਹੀਂ ਆਉਂਦੀ ਹੈਗੀ ਜੋ ਚੀਜ਼ ਉਸਨੂੰ ਸੁਪਨੇ 'ਚ ਦਿਖਦੀ ਹੈਗੀ ਹੈ। ਅਤੇ ਇਸ ਤਰ੍ਹਾਂ ਇਹ ਸੰਸਾਰ ਦੀਆਂ ਸੋਹਣੀਆਂ ਗਲੀਆਂ, ਪਿਤਾ ਦਾ ਸੋਹਣਾ ਘਰ, ਪਿਤਾ ਦੇ ਘਰ ਦੇ ਵਿੱਚ ਪਾਇਆ ਹੋਇਆ ਤ੍ਰਿੰਜਣ, ਚਰਖੇ, ਇਹ ਸਭ ਕੁਝ ਹੀ ਸੁਪਨੇ ਦੀ ਨਿਆਈ ਨੇ, ਇਹ ਖਤਮ ਹੋ ਜਾਣ ਵਾਲੀਆਂ ਨੇ, ਸਦਾ ਰਹਿਣ ਵਾਲੀਆਂ ਨਹੀਂ ਹਨ। ਕਹਿ ਹੁਸੈਨ ਫਕੀਰ ਸਾਈਂ ਦਾ, ਕਰ ਲੈ ਗਾਲੀ ਭਲੀਆਂ, ਗਾਲੀ ਵੈਸੇ ਤਾਂ ਗੱਲਾਂ ਵੀ ਹੁੰਦੀਆਂ ਨੇ ਪਰ ਇੱਥੇ ਅਰਥ ਹੈ ਕੰਮ, ਭਲੀਆਂ ਚੰਗੀ। ਤਾਂ ਇਸ ਤਰ੍ਹਾਂ ਸ਼ਾਹ ਹੁਸੈਨ ਜੀ ਕਹਿੰਦੇ ਨੇ ਵੀ ਮੈਂ ਤਾਂ ਉਸ ਪਰਮਾਤਮਾ ਦੇ ਦਰ ਦਾ ਨਿਮਾਣ ਹਾਂ ਜਾਂ ਫਕੀਰ ਹਾਂ, ਅਤੇ ਮੈਂ ਤੈਨੂੰ ਇਹ ਗੱਲ ਸਮਝਾ ਰਿਹਾ ਹੈਗਾ ਕਿ ਕਿਉਂਕਿ ਜਿਹੜਾ ਜੀਵਨ ਹੈ ਸਾਡਾ
ਇੱਕ ਸੁਪਨੇ ਵਰਗਾ ਹੈ, ਇਹ ਖਤਮ ਹੋ ਜਾਣ ਵਾਲਾ ਹੈ, ਇਹ ਸਾਰੀਆਂ ਖੁਸ਼ੀਆਂ ਨਾਸ਼ਵਾਨ ਨੇ, ਇਸ ਲਈ ਤੂੰ ਇਸ ਸੰਸਾਰ ਵਿੱਚ ਰਹਿ ਕੇ ਕੁਝ ਅਜਿਹੇ ਚੰਗੇ ਕੰਮ ਕਰ ਲੈ ਤਾਂ ਕਿ ਤੇਰੀਆਂ ਉਹ ਚੀਜ਼ਾਂ ਨੇ, ਉਹ ਚੰਗਿਆਈ ਹੈ ਜੋ ਚੰਗੇ ਕੰਮ ਨੇ, ਤੇਰੇ ਅਗਲੇ ਜਨਮ, ਅਗਲੇ ਜਿਹੜਾ ਹੈ ਸੰਸਾਰ ਹੈ ਸਾਡਾ, ਜੋ ਸਹੁਰਾ ਦੇਸ਼ ਹੈ ਜੋ ਇਸ ਕਾਫੀ ਦਿਨ ਸਨ, ਉਸ ਦੇ ਵਿੱਚ ਸਾਡੇ ਕੰਮ ਆਵੇ, ਭਾਵ ਪਰਮਾਤਮਾ ਦਾ ਸਿਮਰਨ ਰੂਪੀ ਚੰਗਾ ਕੰਮ ਕਰ ਲੈ ਤਾਂ ਕਿ ਤੇਰਾ ਜਿਹੜਾ ਹੈ ਪਰਲੋਕ ਸੁਧਰ ਜਾਵੇ। ਠੀਕ ਹੈ, ਤਾਂ ਇਸ ਕਾਫੀ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ, ਇਹ ਗਲੀਆਂ ਸੁਪਨਾ ਵੀ ਥਿਸਨ, ਇਸ ਦਾ ਜਿਹੜਾ ਵਿਸ਼ਾ ਵਸਤੂ ਲਿਖਣਾ ਆਪਾਂ ਨੇ, ਉਹ ਹੈਗਾ ਕਿ ਕਵੀ ਕਹਿੰਦਾ ਹੈਗਾ ਕਿ ਇਹ ਗਲੀਆਂ ਸੁਪਨਾ ਵਰਗੀਆਂ ਨੇ। ਇਸ ਵਿੱਚ ਕਵੀ ਨੇ ਜੀਵ ਇਸਤਰੀ ਨੂੰ ਸੰਸਾਰ ਦੀ ਨਾਸ਼ਵੰਤਾ ਦੱਸੀ ਹੈਗੀ ਆ ਅਤੇ ਉਸਨੂੰ ਨੇਕ ਕੰਮ ਕਰਨ ਦੀ ਸਲਾਹ ਦਿੱਤੀ ਹੈਗੀ ਆ। ਅਤੇ ਇਸ ਕਵਿਤਾ ਦਾ ਕੇਂਦਰੀ ਭਾਵ ਕੀ ਹੈ, ਮਨੁੱਖੀ ਸਰੀਰ ਨਾਸ਼ਵਾਨ ਹੈ, ਜੀਵ ਇਸਤਰੀ ਨੂੰ ਨੇੜੇ ਆ ਰਹੀ ਮੌਤ ਦਾ ਧਿਆਨ ਰੱਖਦਿਆਂ ਹਾਂ ਇਸ ਸੰਸਾਰ ਵਿੱਚ ਚੰਗੇ ਨੇਕ ਕੰਮ ਭਾਵ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ। ਇਹ ਗਲੀਆਂ ਸੁਪਨਾ ਵੀ ਤਿਸਨ ਕਾਫੀ ਵਿੱਚ ਸ਼ਾਹ ਹੁਸੈਨ ਜੀ ਨੇ ਕੀ ਵਿਚਾਰ ਪੇਸ਼ ਕੀਤਾ ਹੈ, ਇਸ ਕਾਫੀ ਵਿੱਚ ਸ਼ਾਹ ਹੁਸੈਨ ਜੀ ਨੇ ਮਨੁੱਖ ਨੂੰ ਉਸਦੇ ਸਰੀਰ ਦੀ ਨਾਸ਼ਵੰਤਾ ਬਾਰੇ ਖਬਰਦਾਰ ਕੀਤਾ ਹੈ ਅਤੇ ਕਿਹਾ ਹੈ ਕਿ ਉਸਨੂੰ ਚੰਗੇ ਕੰਮ ਕਰਨੇ ਚਾਹੀਦੇ ਹੈਗੇ ਨੇ। ਬਾਬਲ ਦੀਆਂ ਗਲੀਆਂ ਸੁਪਨਾ ਕਿਉਂ ਹੋ ਜਾਣਗੇ, ਅਗਲਾ ਪ੍ਰਸ਼ਨ ਹੈ। ਜੀਵ ਇਸਤਰੀ ਲਈ ਇਹ ਸੰਸਾਰ ਪੇਕਾ ਘਰ ਹੈ, ਉਸਦੇ ਨੇ ਇੱਕ ਦਿਨ ਇੱਥੋਂ ਸਦਾ ਲਈ ਆਪਣੇ ਸਹੁਰੇ ਘਰ ਭਾਵ ਪ੍ਰਲੋਕ ਵਿੱਚ ਚਲੀ ਜਾਣਾ ਹੈ ਅਤੇ ਫਿਰ ਉਹ ਮੁੜ ਕੇ ਇੱਥੇ ਨਹੀਂ ਆ ਸਕਦੀ, ਇਸ ਕਰਕੇ ਬਾਬਲ ਦੀਆਂ ਗਲੀਆਂ ਉਸ ਲਈ ਸੁਪਨਾ ਹੋ ਜਾਣਗੀਆਂ। ਇਹ ਗਲੀਆਂ ਸੁਪਨਾ ਵੀ ਥਿਸਨ ਕਾਫੀ ਵਿੱਚ ਜੀਵ ਇਸਤਰੀ ਅਤੇ ਨੂੰ ਧਨ ਜੋਬਨ ਦਾ ਮਾਣ ਕਰਨ ਤੋਂ ਕਿਉਂ ਰੋਕਿਆ ਗਿਆ ਹੈ। ਸ਼ਾਹ ਹੁਸੈਨ ਅਨੁਸਾਰ ਧਨ ਜੋਬਨ ਦਾ ਮਾਣ ਝੂਠਾ ਹੈ, ਇਹ ਮਾਣ ਕਰਨ ਵਾਲੀਆਂ ਬਹੁਤੀਆਂ ਸਿਆਣੀਆਂ ਖਵਾਉਣ ਵਾਲੀਆਂ ਜੀਵ ਇਸਤਰੀਆਂ ਵੀ ਠੱਗੀਆਂ ਜਾਂਦੀਆਂ ਨੇ, ਭਾਵ ਕਹਿੰਦਾ ਨਾ ਵੀ ਇੱਥੇ ਲਿਖਿਆ ਬਹੁਤ ਸਿਆਣੀਆਂ ਛਲੀਆਂ ਹੋਣ, ਭਾਵ ਜਿਹੜਾ ਹੈ ਜੀਵ ਇਸਤਰੀਆਂ ਭਾਵੇਂ ਕਿੰਨੀਆਂ ਹੀ ਸਿਆਣੀਆਂ ਹੋਣ, ਭਾਵੇਂ ਉਹ ਕਿੰਨਾ ਹੀ ਸੁੱਖ ਪ੍ਰਾਪਤ ਕਰ ਲੈਣ, ਵੀ ਉਹਨਾਂ ਦਾ ਉਹਨੂੰ ਜਿਹੜਾ ਉਹਨਾਂ ਨਾਲ ਠੱਗੀ ਹੋ ਹੀ ਜਾਂਦੀ ਹੈ, ਭਾਵ ਉਹਨਾਂ ਨੂੰ ਵੀ ਮੌਤ ਆ ਜਾਂਦੀ ਹੈ। ਜੇਕਰ ਹੁਣ ਅਸੀਂ ਇਹਦਾ ਸਾਰ ਲਿਖਣਾ ਹੋਵੇ ਤਾਂ ਅਸੀਂ ਕਹਿ ਸਕਦੇ ਹੈਗੇ ਹਾਂ ਕਿ ਸ਼ਾਹ ਹੁਸੈਨ ਜੀ ਇਸ ਕਾਫੀ ਵਿੱਚ ਕਹਿੰਦੇ ਨੇ ਵੀ ਇਹ ਜੀਵ ਇਸਤਰੀ ਤੂੰ ਜਿਹੜਾ ਹੈ ਭਾਵੇਂ ਇਸ ਸੰਸਾਰ ਵਿੱਚ ਰਹਿ ਕੇ ਕਿੰਨੀਆਂ ਹੀ ਰੰਗ ਰਗੜੀਆਂ ਮਾਣ ਲੈ, ਪਦਾਰਥਿਕ ਸੁੱਖ ਪ੍ਰਾਪਤ ਕਰ ਲੈ, ਇਹ ਧਨ ਅਤੇ ਜੋਬਨ ਰਹਿਣ ਵਾਲੀ ਚੀਜ਼ ਨਹੀਂ, ਇਹ ਖਤਮ ਹੋ ਜਾਣ ਵਾਲੇ ਹੈ, ਅਤੇ ਇਸ ਲਈ ਇਸ ਸੰਸਾਰ ਉੱਤੇ ਆ ਕੇ ਜਿੰਨੀਆਂ ਮਰਜ਼ੀ ਜੀਵ ਇਸਤਰੀਆਂ ਸਿਆਣੀਆਂ ਹੋਣ ਉਹ ਸਾਰੀਆਂ ਨੂੰ ਮੌਤ ਜਿਹੜੀ ਹੈਗੀ ਆ ਉਸ ਨਾਲ ਛਲ ਕਪਟ ਕਰਕੇ ਉਸਨੂੰ ਖਤਮ ਕਰ ਦਿੰਦੀ ਹੈਗੀ ਆ। ਅਤੇ ਇਸ ਸੰਸਾਰ ਦੇ ਵਿੱਚ ਰਹਿ ਕੇ ਬਚਪਨ ਵਿੱਚ ਜਿਹੜੀਆਂ ਸਖੀਆਂ ਸਹੇਲੀਆਂ ਨਾਲ ਜੀਵ ਇਸਤਰੀ ਖੇਡਦੀ ਹੈ ਉਹ ਵੀ ਇੱਥੋਂ ਚਲੀਆਂ ਜਾਂਦੀਆਂ ਨੇ, ਸਦਾ ਨਹੀਂ ਰਹਿੰਦੀਆਂ, ਅਤੇ ਉਹ ਆਪਣੇ ਪਿਤਾ ਦੇ ਵਿਹੜੇ ਵਿੱਚ ਤ੍ਰਿੰਜਣ ਕੱਤ ਕੱਤ ਕੇ ਇੱਥੋਂ ਆਪਣੇ ਸਹੁਰੇ ਘਰ ਭਾਵ ਪਰਮਾਤਮਾ ਦੇ ਘਰ ਚਲੇ ਜਾਂਦੀਆਂ ਨੇ। ਅਤੇ ਇਸ ਲਈ ਇਹ ਗਲੀਆਂ ਸੁਪਨੇ ਦੀ ਵਰਗੀਆਂ ਨੇ, ਇਹ ਸਦਾ ਨਹੀਂ ਰਹਿਣੀਆਂ, ਅਤੇ ਸਾਨੂੰ ਜਿਹੜਾ ਹੈ ਇਸ ਸੰਸਾਰ ਤੋਂ ਅਗਲੇ ਜਨਮ ਜਾਣਾ ਹੀ ਪੈਂਦਾ ਹੈ, ਸੋ ਮਨੁੱਖ ਨੂੰ ਨੇਕ ਕੰਮ ਕਰਨੇ ਚਾਹੀਦੇ ਹਨ। ਸੋ ਇਹ ਤਾਂ ਸੀਗੀਆਂ ਤਿੰਨ ਕਾਫੀਆਂ ਜਿਨ੍ਹਾਂ ਦੇ ਆਪਾਂ ਨੇ ਪ੍ਰਸੰਗ ਦੱਸ ਕੇ ਵਿਆਖਿਆ, ਕੇਂਦਰੀ ਭਾਵ, ਸਾਰ ਅਤੇ ਪ੍ਰਸ਼ਨਾਂ ਦੇ ਉੱਤਰ ਵਾਚੇ ਹੈਗੇ ਨੇ। ਉਮੀਦ ਕਰਦੀ ਹੈਗੀ ਕਿ ਤੁਹਾਨੂੰ ਇਹ ਤਿੰਨੇ ਕਾਫੀਆਂ ਚੰਗੀ ਤਰ੍ਹਾਂ ਸਮਝ ਲੱਗ ਗਈ ਹੋਣਗੀਆਂ, ਅਤੇ ਚੌਥੀ ਕਾਫੀ ਜਿਹੜੀ ਹੈਗੀ ਆ ਮੈਂ ਪਹਿਲਾਂ ਕਿਹਾ ਹੈਗਾ ਕਿ
ਆਪਾਂ ਨੇ ਪਹਿਲਾਂ ਹੀ ਪੜ੍ਹੀ ਹੋ ਗਈ ਹੈਗੀ ਆ, ਉਹ ਤੁਸੀਂ ਪੜ੍ਹ ਲਿਓ, ਤੁਹਾਡੀ ਮੈਂ ਪਲੇਲਿਸਟ ਦੇ ਵਿੱਚ ਪਾ ਦਿੱਤੀ ਹੈਗੀ ਹੈ। ਅਤੇ ਪਹਿਲਾਂ ਪੜ੍ਹਾਈ ਹੋਈ ਹੈਗੀ ਆ ਚਰਖਾ ਮੇਰਾ ਰੰਗਲੜਾ। ਅਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਕਮੈਂਟ ਕਰਿਓ, ਫਰੈਂਡਸ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਓ। ਜੇਕਰ ਚੈਨਲ 'ਤੇ ਨਵੇਂ ਆਏ ਹੈਗੇ ਹੋ ਤਾਂ ਚੈਨਲ ਦੀ ਪਲੇਲਿਸਟ ਹਰ ਹਾਲਤ ਵਿੱਚ ਵਾਚਿਓ। ਵਿਆਕਰਨ ਦਾ ਕੰਮ ਹਰ ਕਿਸੇ ਕਲਾਸ ਲਈ ਲਾਭਦਾਇਕ ਹੁੰਦਾ ਹੈਗਾ, ਅਤੇ ਉਸ ਤੋਂ ਵੀ ਲਾਭ ਲੈਣ ਦੀ ਕੋਸ਼ਿਸ਼ ਕਰਿਓ। ਅਤੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਇਸ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾਂ ਬਿਲਕੁਲ ਨਹੀਂ ਜਾਣਾ। ਫਿਰ ਮਿਲਦੇ ਹੈਗੇ ਹਾਂ ਅਗਲੀ ਵੀਡੀਓ 'ਚ।